अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना। ਸਤਿ ਸ਼੍ਰੀ ਅਕਾਲ ਸਲਾਮ ਅਰਜ ਸਾਰੇ ਦੇਸ਼ ਵਿਦੇਸ਼ ਦੇ ਦਾਨਿਸ਼ਵੰਦ ਦਰਸ਼ਕਾਂ ਨੂੰ ਜੋ ਇਸ ਵਕਤ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਨਾਲ ਜੁੜੇ ਨੇ। ਮੈਂ ਤੁਹਾਡਾ ਦੋਸਤ ਪਰਮਿੰਦਰ ਸਿੰਘ ਟਿਵਾਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਮੁਅੱਜ਼ਜ਼ ਮਹਿਮਾਨ ਸ਼ਾਮਲ ਨੇ, ਉਹਨਾਂ ਦੀ ਜਾਣ ਪਹਿਚਾਣ ਮੈਂ ਤੁਹਾਡੇ ਨਾਲ ਕਰਾਉਂਦੇ ਹਾਂ। ਮੇਰੇ ਬਿਲਕੁਲ ਨਾਲ ਬੈਠੇ ਨੇ ਪਟਿਆਲਾ ਤੋਂ ਅਜੀਤ ਦੇ ਪ੍ਰਤੀਨਿਧ ਸੀਨੀਅਰ ਪੱਤਰਕਾਰ ਸਾਹ ਜਸਪਾਲ ਸਿੰਘ ਢਿੱਲੋਂ। ਸਭ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਮਿਹਰਬਾਨੀ। ਅਤੇ ਆਪਣੇ ਦੂਸਰੇ ਮੁਅੱਜ਼ਜ਼ ਮਹਿਮਾਨ ਸਾਬਕਾ ਉੱਚ ਅਧਿਕਾਰੀ ਸਾਹ ਪਰਮਜੀਤ ਸਿੰਘ ਜੀ, ਸਵਾਗਤ, ਸਤਿ ਸ਼੍ਰੀ ਅਕਾਲ। ਸਾਹ ਪਰਮਜੀਤ ਸਿੰਘ ਜੀ ਸਰਦਾਰ ਕਪੂਰ ਸਿੰਘ ਫਾਊਂਡੇਸ਼ਨ ਦੇ ਲਈ ਕੰਮ ਕਰਦੇ ਨੇ। ਸਰਦਾਰ ਕਪੂਰ ਸਿੰਘ ਨਾਂ 'ਤੇ ਬਣੀ ਇਹ ਫਾਊਂਡੇਸ਼ਨ ਜਿਹੜੀ ਕਈ ਸੈਮੀਨਾਰ ਲੈਕਚਰਾਰ ਕਰਾਉਂਦੀ ਹੈ, ਸਿੱਖ ਬੁੱਧੀਜੀਵੀ ਫਲਸਫੇ ਦੀਆਂ ਗੱਲਾਂ ਇਹਨਾਂ ਦੀ ਫਾਊਂਡੇਸ਼ਨ ਵੱਲੋਂ ਅਕਸਰ ਕੀਤੀਆਂ ਜਾਂਦੀਆਂ ਨੇ, ਉਸ ਦੇ ਕਰਤਾ ਧਰਤਾ ਨੇ ਸਾਹ ਪਰਮਜੀਤ ਸਿੰਘ। ਸਰ ਢਿੱਲੋਂ ਸਾਹਿਬ, ਸ਼ੁਰੂਆਤ ਤੁਹਾਡੇ ਤੋਂ ਕਰਦੇ ਹਾਂ। ਇਸ ਵਾਰ ਦੀ ਜਿਹੜੀ ਇਲੈਕਸ਼ਨ ਹੈ, ਇਸ ਵਾਰ ਜਿਹੜੀ 2019 ਦੀ ਲੋਕ ਸਭਾ ਚੋਣ ਹੋ ਰਹੀ ਹੈ, ਪਿਛਲੀਆਂ ਵਿਧਾਨ ਸਭਾ ਚੋਣਾਂ ਜਾਂ ਪਿਛਲੀਆਂ ਲੋਕ ਸਭਾ ਚੋਣਾਂ ਦੇ ਨਾਲੋਂ ਕੀ ਫਰਕ ਇਸ ਦਾ ਪੰਜਾਬ ਅਤੇ ਭਾਰਤ ਦੇ ਸੰਦਰਭ ਵਿੱਚ ਵੇਖਦੇ ਹੋ? ਕੀ ਫਰਕ ਮਹਿਸੂਸ ਹੋ ਰਿਹਾ ਪਿਛਲੀਆਂ ਚੋਣਾਂ ਦਾ ਅਤੇ ਇਸ ਦਾ? ਜੀ ਦੇਖੋ, ਤਵਾਣਾ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਚੋਣਾਂ ਕਿਸ ਸੰਦਰਭ 'ਚ ਹੋ ਰਹੀਆਂ ਨੇ, ਮੈਨੂੰ ਇੰਝ ਲੱਗਦਾ ਹੈਗਾ ਕਿ ਜਿਸ ਸੰਦਰਭ 'ਚ ਹੋਣੀਆਂ ਚਾਹੀਦੀਆਂ ਸੀ ਉਹ ਸੰਦਰਭ ਤਾਂ ਸਾਰੀਆਂ ਹੀ ਰਾਜਸੀ ਪਾਰਟੀਆਂ ਨੇ ਤਿਆਗ ਦਿੱਤਾ ਹੈਗਾ। ਕੋਈ ਰਾਜਸੀ ਮੁੱਦਾ ਜਿਹੜਾ ਲੋਕਲ ਮੁੱਦਾ ਹੈਗਾ, ਲੋਕਾਂ ਦੀਆਂ ਸਮੱਸਿਆਵਾਂ ਨੇ, ਲੋਕਾਂ ਦੀਆਂ ਸਮੱਸਿਆਵਾਂ ਇਸ ਵੇਲੇ ਸਭ ਤੋਂ ਵੱਡੀਆਂ ਇਹ ਹੈਗੀਆਂ ਨੇ, ਨੌਜਵਾਨ ਧੜਾ ਧੜ ਵਿਦੇਸ਼ਾਂ ਵੱਲ ਨੂੰ ਜਾ ਰਹੇ, ਕਰੋੜਾਂ ਰੁਪਈਆ ਪੰਜਾਬ ਦਾ, ਭਾਰਤ ਦਾ ਵਿਦੇਸ਼ੀ ਧਰਤੀ ਦੇ ਉੱਤੇ ਜਾ ਰਿਹਾ ਹੈਗਾ। ਅਸੀਂ ਇੱਥੇ ਉਸ ਤਰ੍ਹਾਂ ਦੇ ਸਾਧਨ ਪੈਦਾ ਨਹੀਂ ਕੀਤੇ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾ ਸਕੇ। ਜੀ, ਜਿਹੜੇ ਸਾਡੇ ਹੋਰ ਸਥਾਨਕ ਮੁੱਦੇ ਨੇ ਜਿਨ੍ਹਾਂ ਦੇ ਵਿੱਚ ਜੇ ਆਪਾਂ ਰੁਜ਼ਗਾਰ ਦੀ ਗੱਲ ਕਰਦੇ ਹਾਂ, ਉਹਦੇ ਨਾਲ ਨਾਲ ਸੜਕਾਂ ਦੀ ਗੱਲ ਹੈਗੀ ਆ, ਸਿਹਤ ਦੀ ਗੱਲ ਹੈਗੀ ਹੈ, ਅਤੇ ਇਸ ਤਰ੍ਹਾਂ ਦੀਆਂ ਅਨੇਕਾਂ ਪੀਣ ਵਾਲੇ ਪਾਣੀ ਦੀ ਸਮੱਸਿਆ ਹੈਗੀ ਹੈ। ਪੰਜਾਬ ਦੇ ਵਿੱਚ ਜਿਹੜਾ ਲੇਟੈਸਟ ਅੰਕੜਾ ਹੈਗਾ, 13,500 ਪਿੰਡਾਂ ਦੇ ਵਿੱਚੋਂ 9,900 ਦੇ ਕਰੀਬ ਪਿੰਡਾਂ ਦਾ ਜਿਹੜਾ ਪਾਣੀ ਹੈ ਉਹ ਪੀਣ ਯੋਗ ਨਹੀਂ ਰਿਹਾ। ਇਸ ਕਰਕੇ ਅਸੀਂ ਨਹਿਰਾਂ ਵੱਲ ਨੂੰ ਆਕਰਸ਼ਿਤ ਕੀਤੇ ਹਾਂ। ਆਪਣੇ ਸ਼ਹਿਰ ਦੇ ਵਿੱਚ ਵੀ ਤਕਰੀਬਨ 850 ਕਰੋੜ ਦਾ ਪ੍ਰੋਜੈਕਟ ਬਣ ਰਿਹਾ ਕਿ ਨਹਿਰੀ ਪਾਣੀ ਪੀਣ ਵੱਲ ਦੇ ਰੂਪ ਦੇ ਵਿੱਚ ਅਸੀਂ ਦੇਣਾ ਹੈਗਾ। ਹਰੀ ਕ੍ਰਾਂਤੀ ਪੰਜਾਬ ਤੋਂ ਸ਼ੁਰੂਆਤ ਕੀਤੀ ਸੀ, ਉਸ ਹਰੀ ਕ੍ਰਾਂਤੀ ਨੇ ਐਸਾ ਸੱਤਿਆਨਾਸ਼ ਪੰਜਾਬ ਦਾ ਕੀਤਾ ਹੈਗਾ ਕਿ ਅਸੀਂ ਪੈਸਟੀਸਾਈਡ, ਇਨਸੈਕਟੀਸਾਈਡ, ਧਰਤੀ ਦੇ ਹੇਠਲਾ ਜਿਹੜਾ ਪਾਣੀ ਸੀ ਉਹ ਵੀ ਬਰਬਾਦ ਕਰਤਾ। ਝੋਨੇ ਦੀ ਫਸਲ ਜਿਹੜੀ ਸੀ ਪੰਜਾਬ ਦੇ ਨਾਲ ਕੋਈ ਸੰਬੰਧਿਤ ਨਹੀਂ, ਵਾਤਾਵਰਨ ਨੂੰ ਕਿਸੇ ਵੀ ਪਾਰਟੀ ਨੇ ਮੁੱਦਾ ਨਹੀਂ ਬਣਾਇਆ, ਵਾਤਾਵਰਨ ਵੀ ਨਾਲ ਹੈਗਾ। ਪਿਛਲੀਆਂ ਚੋਣਾਂ ਮੈਂ ਉਸੇ ਪਾਸੇ ਜਾ ਰਿਹਾ ਸੀ ਵੀ ਵਾਤਾਵਰਨ ਵੀ ਕਿਸੇ ਨੇ ਮੁੱਦਾ ਨਹੀਂ ਬਣਾਇਆ, ਨਾ ਸਿਹਤ ਮੁੱਦਾ ਹੈਗਾ, ਨਾ ਇੱਥੇ ਸਿੱਖਿਆ ਮੁੱਦਾ ਹੈਗੀ ਹੈ, ਨਾ ਇੱਥੇ ਜਿਹੜਾ ਪੀਣ ਵਾਲਾ ਪਾਣੀ ਜਿਹੜਾ ਹੈਗਾ ਉਹ ਮੁੱਦਾ ਹੈਗਾ, ਨਾ ਪ੍ਰਦੂਸ਼ਣ ਮੁੱਦਾ ਹੈਗਾ। ਪ੍ਰਦੂਸ਼ਣ ਜਿਹੜਾ ਹੈਗਾ ਲਗਾਤਾਰ ਉਸ ਦੇ ਅੰਕੜੇ ਘਟਦੇ ਜਾ ਰਹੇ ਨੇ। ਪੰਜਾਬ ਦੀ ਬੜੀ ਅਜੀਬ ਕਿਸਮ ਦੀ ਜਿਹੜੀ ਅੰਕੜੇ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਜਾਰੀ ਕੀਤੇ ਗਏ ਨੇ, 21% ਆਕਸੀਜਨ ਦੀ ਮਾਤਰਾ ਸਾਡੀ ਇਸ ਹਵਾ ਦੇ ਵਿੱਚ ਚਾਹੀਦੀ ਹੈ। ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਬਹੁਤ ਸਾਰੇ ਇੰਡਸਟਰੀਅਲ ਖੇਤਰ ਇਹੋ ਜਿਹੇ ਨੇ ਜਿਨ੍ਹਾਂ 'ਚ ਰਾਤ ਦੀ ਜਿਹੜੀ ਹਵਾ ਦੀ ਮਾਤਰਾ ਉਹ 11% ਤੋਂ ਵੀ ਘੱਟ ਹੈ। ਉਹਦਾ ਕਾਰਨ ਕੀ ਬਣਿਆ? ਉਸ ਤੋਂ ਬਾਅਦ ਕਿਉਂਕਿ ਅਸੀਂ ਦਰਖਤ ਜਿਹੜੇ ਸੀਗੇ, ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਸਮਾਗਮ ਦੇ ਵਿੱਚ ਕਿਹਾ ਸੀ ਕਿ ਅਸੀਂ ਜਿਹੜੀ ਪੰਜਾਬ ਦੀ ਧਰਤੀ ਦਾ ਜੰਗਲਾਤ ਆ ਉਹ ਦੁੱਗਣਾ ਕਰ ਦਿਆਂਗੇ। ਧਰਤੀ ਦੇ ਕੁੱਲ ਹਿੱਸੇ ਦਾ 1/3 ਹਿੱਸਾ ਜਿਹੜਾ ਹੈਗਾ ਉਹ ਜੰਗਲਾਤ ਹੇਠਾਂ ਹੋਣਾ ਚਾਹੀਦਾ। ਅੱਜ ਤੋਂ 10 ਸਾਲ ਪਹਿਲਾਂ ਜਿਹੜਾ 7% ਸੀ ਉਹ ਘੱਟ ਕੇ ਹੁਣ 6.33 ਰਹਿ ਗਿਆ, ਵਧਿਆ ਨਹੀਂ ਹੋਰ ਘੱਟ ਗਿਆ। ਚਾਹੀਦਾ ਤਾਂ ਇਹ ਸੀ 33% ਹੋਣਾ ਚਾਹੀਦਾ ਸੀ। ਇਸੇ ਕਾਰਨ ਕਰਕੇ ਕਪਤਾਨ ਸਾਹਿਬ ਦਾ ਤਾਂ ਪਿਛਲੇ ਹਫ਼ਤੇ ਦੀ ਸਟੇਟਮੈਂਟ ਹੈ, ਕਹਿੰਦੇ ਅਸੀਂ ਜੰਗਲਾਤ ਵਧਾਤਾ, ਜੰਗਲ ਵਧਾਤਾ ਕਿ ਜੰਗਲ ਰਾਜ ਵਧਾਤਾ? ਨਹੀਂ ਦੇਖੋ, ਉਹਨਾਂ ਦੇਖੋ ਜਿਹੜੇ ਰਾਜਸੀ ਲੋਕ ਹੁੰਦੇ ਨੇ, ਰਾਜਸੀ ਲੋਕਾਂ ਨੇ ਆਪਦੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ, ਕਿਸ ਤਰੀਕੇ ਦੇ ਨਾਲ ਲੋਕ ਪ੍ਰਭਾਵਿਤ ਹੁੰਦੇ ਨੇ ਉਹਨਾਂ ਨੇ ਉਸ ਤਰ੍ਹਾਂ ਦੀ ਗੱਲ ਕਰਨੀ ਹੁੰਦੀ ਹੈ, ਲੇਕਿਨ ਅੰਕੜਿਆਂ ਤੋਂ ਕੋਹਾਂ ਦੂਰ ਹੁੰਦੇ ਨੇ। ਕਾਰਨ ਕੀ ਢਿੱਲੋਂ ਸਾਹਿਬ, ਥੋੜ੍ਹਾ ਜਿਹਾ ਇਸ ਮੁੱਦੇ ਨੂੰ ਆਪਾਂ ਛੋਹੀਏ ਕਿ ਦੇਖੋ ਬੇਅਦਬੀ, ਧਾਰਮਿਕ ਮੁੱਦਾ ਅਤੇ ਮੋਦੀ ਸਾਹਿਬ ਦਾ ਰਾਸ਼ਟਰਵਾਦ ਮੁੱਦਾ, ਇਹ ਮੁੱਦੇ ਬਣ ਰਹੇ ਨੇ, ਜਿਹੜੇ ਅਸਲ ਮੁੱਦੇ ਨੇ ਉਹ ਕਿਉਂ ਲਾਂਭੇ ਹੋ ਰਹੇ ਨੇ? ਕੀ ਲੋਕ ਉਹਨਾਂ ਤੋਂ ਬਵਾਸਤਾ ਨਹੀਂ ਹੈ? ਕਾਰਨ ਕੀ? ਨਹੀਂ ਟਵਾਣਾ ਸਾਹਿਬ, ਉਸ ਦੇ ਵਿੱਚ ਮੈਂ ਇਹ ਗੱਲ ਕਹਾਂਗਾ ਕਿ ਲੋਕ ਵੀ ਉਸ ਤਰ੍ਹਾਂ ਦੇ ਵਾਲੇ ਪਾਸੇ ਨੂੰ ਤੋਰਤੇ ਨੇ। ਪਿਛਲੀਆਂ ਚੋਣਾਂ ਦੇ ਵਿੱਚ ਜਿਸ ਵੇਲੇ ਵਿਧਾਨ ਸਭਾ ਦੀਆਂ ਚੋਣਾਂ ਚੱਲ ਰਹੀਆਂ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਇੱਥੇ ਪੰਜਾਬ ਦੇ ਧਰਤੀ ਦੇ ਉੱਤੇ ਆਟਾ ਦਾਲ ਫ੍ਰੀ ਦੇ ਦਿਓ ਜੀ, ਕੈਪਟਨ ਸਾਹਿਬ ਨੇ ਉਹਦੇ ਵਿੱਚ ਐਡ ਕਰਤਾ ਕਿ ਤੁਹਾਨੂੰ ਨਾਲ ਘਿਓ ਅਤੇ ਚੀਨੀ ਅਤੇ ਚਾਹ ਵੀ ਨਾਲ ਦਿਆਂਗੇ। ਮਤਲਬ ਕਿਸੇ ਨੇ ਇਹ ਨਹੀਂ ਕਿਹਾ ਕਿ ਤੁਹਾਨੂੰ ਰੁਜ਼ਗਾਰ ਦਿਆਂਗੇ, ਲੋਕ ਇਹ ਕਹਿੰਦੇ ਨੇ ਵੀ ਸਾਨੂੰ ਰੁਜ਼ਗਾਰ ਦਿਓ, ਇਹ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਆਪਦੀਆਂ ਖਰੀਦ ਕੇ ਲੈ ਸਕਦੇ ਹਾਂ। ਪੰਜਾਬ ਦੀ ਧਰਤੀ ਦੇ ਵਿੱਚ
मतलब मैं कह नहीं कहता मैं किसानों का कोई विरोधी हाँ, किसानों वध तो वध सहूलत चाहिए ने। डॉक्टर स्वामीनाथन कमिशन की रिपोर्ट जिहड़ी है हुण तक ये सारे दे सारे जिहड़े राष्ट्रीय लोग ने उन्हां तों बाहर है। पिछलियां चोणां दे विच प्रधानमंत्री साहब ने तीन चार गल्लां ते बड़ा जोर दिता सी। पहली गल उन्होंने कहा सी किसानों नूं डॉक्टर स्वामीनाथन कमिशन की रिपोर्ट इन बिन लागू करांगे। हुण उह कहिंदे ने असीं लागू करती। डॉक्टर स्वामीनाथन यह गल कहिंदे ने कि जिन्नियां किसान दियां इनपुट्स आ उहते खर्चा हुंदा हैगा उहदे विच 50% मुनाफा जोड़ के उस नूं फसल का भाव दिता जाए कि उह दिता। दूजा मोदी साहब ने बड़े जोर शोर नाल कहा कि असी जिहड़ा हैगा 15-15 लाख बाहरले देशों तो जिहड़ा काला धन लिया के उह इत्थे देवांगे कि उह कीता। तीजा उन्होंने कहा सीगा कि असी जिहड़े हैगे आ जिन्ने भी ये जन धन योजना दे विच लिया के तुहाडे खात्यां दे विच 15-15 लाख रुपया आएगा किसी के खाते चाहे जो थोड़े आ गया हो तो मैं पता नहीं होरना साढ़े किसी के खाते च तो अजे तक नहीं आया है। भाव बाद दे विच जिहड़े भाजपा के प्रधान ने अमित शाह उन्होंने जनतक तौर के उत्ते आख्या कि ये चोण जुमले होंगे ने चोण जुमलों के नाल इहदा मतलब यह हो गया भी कि लोगों को बेवकूफ बनाने वास्ते यह जे चोण जुमले राष्ट्रीय पार्टियां लैके आउंदियां ने। हुण जदों चोणां आईयां ने की जिहड़ियां गल्लां उन्होंने पिछले चोण मनोरथ पत्र दे विच आखियां सी उन्हां दे विचों एक भी गल नवीं दे विच लिआंदी है। जिस वेले यह सरकार होण दे विच आई इस सरकार ने दो बहुत ही फुलिश स्टैप जिहड़े मूर्खां वाले स्टैप सी उह होण दे विच लिआंदे जिन्हां दे विचों एक नोटबंदी इस करके लिआंदी गई सी कि नोटबंदी दे विच जिहड़ा काला धन बाहर पिआ वापस आ जाएगा सरहदां दे उत्ते ठाठू खत्म हो जाएगी अतवाद नहीं आएगा अतवादी गतिविधियां दे विच काला धन आउंदा हैगा काला धन खत्म हो जाएगा। जदों अंकड़े रिजर्व बैंक ने दिते तां उह इह दिते कि जिन्ना नोट छापे गए सी उह सारे वापस आ गए। नवां छापण दे विच सानूं करोड़ां रुपये लाउणे पए उहनां दे किन्ने बंदे 100 तों वध बंदा जिहड़ा हैगा उह लाइनां दे विच खड़ के मर गया। ਉਹਨਾਂ ਦੇ ਵਿੱਚ ਜਾ ਕੇ ਪ੍ਰਧਾਨ ਮੰਤਰੀ ਜਾਂ ਉਹਨਾਂ ਦੇ ਕਿਸੇ ਨੁਮਾਇੰਦੇ ਨੇ ਜਾ ਕੇ ਉਹਨਾਂ ਦੀ ਸਾਰ ਲਈ ਮਸਲਾ ਉਹਨਾਂ ਮੁੱਦਿਆਂ ਨੂੰ GST ਹੋ ਗਿਆ ਨੋਟਬੰਦੀ ਹੋ ਗਿਆ ਉਹਨਾਂ ਨੂੰ ਭੁਲਾਉਣ ਲਈ ਇਹ ਰਾਸ਼ਟਰਵਾਦ ਦਾ ਮੁੱਦਾ ਹੁਣ ਇਹ ਰਾਸ਼ਟਰਵਾਦ ਦਾ ਮੁੱਦਾ ਹੋ ਗਿਆ। ਮੈਂ ਅੱਜ ਤੋਂ ਪਹਿਲਾਂ ਤੁਹਾਡੇ ਇਸੇ ਪ੍ਰੋਗਰਾਮ ਦੇ ਵਿੱਚ ਅਕਤੂਬਰ ਦੇ ਵਿੱਚ ਤੁਹਾਡੇ ਨਾਲ ਕਿਹਾ ਸੀ ਕਿ ਹਰ ਫਰੰਟ ਦੇ ਉੱਤੇ ਕੇਂਦਰ ਸਰਕਾਰ ਫੇਲ ਹੋਣ ਤੋਂ ਬਾਅਦ ਇਹ ਸਰਹੱਦ ਤੇ ਕੋਈ ਠਾਠੂ ਕਰੇਗੀ ਜਿਹਦੇ ਨਾਲ ਲੋਕਾਂ ਦਾ ਮੁੱਦਾ ਜਿਹੜਾ ਹੈਗਾ ਮਨ ਹੈ ਉਹ ਦੂਜੇ ਪਾਸੇ ਮੋੜਿਆ ਜਾਵੇ। ਸ਼ੁਰੂ ਸ਼ੁਰੂ ਦੇ ਵਿੱਚ ਇਹ ਕਾਫੀ ਚੱਲਿਆ ਲੇਕਿਨ ਜੇ ਹੁਣ ਤੁਸੀਂ ਦੇਖਿਆ ਜਾਵੇ ਜਦੋਂ ਸ਼ੁਰੂਆਤ ਸੀ ਇਹ 70% ਲੋਕਾਂ ਦੀ ਪਸੰਦ ਬਣਿਆ ਹੋਇਆ ਸੀ ਜਿਹੜਾ ਹੁਣ 40 ਤੋਂ ਵੀ ਘੱਟ ਚੁੱਕਿਆ ਹੈਗਾ। ਇਹਦਾ ਮਤਲਬ ਲੋਕਾਂ ਨੂੰ ਜਦੋਂ ਅਸਲੀਅਤ ਸਮਝ ਆ ਗਈ ਲੋਕ ਕਹਿੰਦੇ ਵੀ ਅਸੀਂ ਉਹਨਾਂ ਚੀਜ਼ਾਂ ਤੋਂ ਕੀ ਲੈਣਾ ਹੈਗਾ, ਸਾਡਾ ਤਾਂ ਦੋ ਵਕਤ ਦੀ ਰੋਟੀ, ਸਾਨੂੰ ਚੰਗੀ ਸਿਹਤ ਵਾਸਤੇ ਜਿਹੜਾ ਸਿਹਤ ਸਹੂਲਤਾਂ ਨੇ ਉਹ ਪ੍ਰਦਾਨ ਹੋਣ, ਸਾਡੇ ਬੱਚਿਆਂ ਨੂੰ ਸਿੱਖਿਆਵਾਂ ਪ੍ਰਦਾਨ ਹੋਣ। ਬੱਚੇ ਅੱਜ ਜੇ ਤੁਸੀਂ ਕਹੋ ਵੀ ਗੈਂਗਸਟਰ ਕਿਉਂ ਪੈਦਾ ਹੋ ਰਹੇ ਨੇ ਜਾਂ ਨਸ਼ਿਆਂ ਦੇ ਵਿੱਚ ਬੱਚੇ ਕਿਉਂ ਜਾ ਰਹੇ ਨੇ, ਕਿ ਕੇਂਦਰ ਦੀ ਸਰਕਾਰ ਨੇ ਜਾਂ ਪੰਜਾਬ ਦੀ ਸਰਕਾਰ ਨੇ ਬੈਠ ਕੇ ਇਸ ਮੁੱਦੇ ਦੇ ਉੱਤੇ ਕੋਈ ਗੱਲ ਕੀਤੀ ਹੈ ਕਿ ਇਹ ਬੱਚੇ ਇਸ ਵੱਡੀ ਪੱਧਰ ਦੇ ਉੱਤੇ ਨਸ਼ੇ ਵੱਲ ਜਾ ਰਹੇ ਨੇ। ਪੰਜਾਬੀ ਦੀ ਕਹਾਵਤ ਆ ਕਿ ਵਿਹਲਾ ਮਨ ਹੁਜਤਾਂ ਦਾ, ਠੀਕ ਹੈ ਜੀ। ਇਸ ਕਰਕੇ ਸਰਕਾਰਾਂ ਨੇ ਬਿਲਕੁਲ ਨਹੀਂ ਸੋਚਿਆ ਹੈਗਾ, ਜਿਹਦੇ ਕਰਕੇ ਧੜਾ ਧੜ ਜਿਹੜਾ ਸਾਡਾ ਯੂਥ ਹੈ ਉਹ ਵਿਦੇਸ਼ਾਂ ਦੀ ਧਰਤੀ ਵੱਲ ਜਾ ਰਿਹਾ ਅਤੇ ਅਰਬਾਂ ਰੁਪਈਆ ਹਰ ਸਾਲ ਭਾਰਤ ਦਾ ਵਿਦੇਸ਼ੀ ਬੈਂਕਾਂ ਦੇ ਵਿੱਚ ਜਮ੍ਹਾਂ ਹੋ ਰਿਹਾ। ਸਾਨੂੰ ਸਾਡੀਆਂ ਜਿਹੜੀਆਂ ਇਹ ਸੰਸਥਾਵਾਂ ਨੇ ਉਹਨਾਂ 'ਤੇ ਕਿਹੜੀ ਗੋਲੀ ਵੱਜੀ ਹੋਈ ਹੈ ਕਿ ਉਹ ਚੀਜ਼ਾਂ ਪੈਦਾ ਨਹੀਂ ਕਰ ਸਕਦੀਆਂ। ਮੈਂ ਇੱਕ ਗੱਲ ਜ਼ਰੂਰ ਜ਼ੋਰ ਸ਼ੋਰ ਨਾਲ ਕਹਾਂਗਾ, ਇੱਕ ਵਾਰੀ ਮੈਂ ਬਾਦਲ ਸਾਹਿਬ ਨੂੰ ਸਵਾਲ ਕੀਤਾ ਜਦੋਂ ਭੈਣ ਜੀ ਸੁਰਿੰਦਰ ਕੌਰ ਜੀ ਦਾ ਉਹ ਬਾਹਰ ਅਮਰੀਕਾ ਦੇ ਵਿੱਚ ਇਲਾਜ ਕਰਾਉਣ ਵਾਸਤੇ ਗਏ ਨੇ, ਮੈਂ ਕਿਹਾ ਜੀ ਤੁਸੀਂ ਦਾਅਵਾ ਕਰਦੇ ਹੋ ਜਿਵੇਂ ਤੁਸੀਂ ਕੇਂਦਰ 'ਤੇ ਇਲਜ਼ਾਮ ਲਾਉਂਦੇ ਹੋ ਵੀ ਸਭ ਤੋਂ ਵੱਧ ਕਾਂਗਰਸ ਦਾ ਰਾਜ ਰਿਹਾ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਰਾਜ ਤੁਹਾਡਾ ਰਿਹਾ। ਕੀ ਪੰਜਾਬ ਦੇ ਵਿੱਚ ਤੁਸੀਂ ਇੱਕ ਵਰਲਡ ਲੈਵਲ ਦੀ ਸੰਸਥਾ ਸਿਹਤ ਰੂਪ ਦੇ ਵਿੱਚ ਨਹੀਂ ਸਥਾਪਿਤ ਕਰ ਸਕੇ ਜਿੱਥੇ ਉਹ ਰਾਜ ਹੋਵੇ? ਇਸ ਗੱਲ ਦੀ ਦਾਤ ਡਾਕਟਰ ਮਨਮੋਹਨ ਸਿੰਘ ਨੂੰ ਦੇਣੀ ਬਣਦੀ ਹੈ ਜਿਸ ਵੇਲੇ ਉਹਨਾਂ ਨੇ ਆਪਣਾ ਬਾਈਪਾਸ ਸਰਜਰੀ ਕਰਾਈ, ਉਹਨਾਂ ਨੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਤੋਂ ਕਰਾਈ। ਇੱਕ ਗੱਲ ਬੜੀ ਕਲੀਅਰ ਕਿ ਅਸੀਂ ਕਿਸੇ ਦੇ ਨਾ ਹੱਕ 'ਚ ਹੈ ਨਾ ਅਸੀਂ ਅੰਕੜਿਆਂ ਦੇ ਆਧਾਰ ਦੇ ਉੱਤੇ ਗੱਲ ਕਰਦੇ ਹਾਂ ਕਿ ਅਸੀਂ ਕੋਈ ਮਨਮੋਹਨ ਸਿੰਘ ਹੋਰਾਂ ਦੇ ਬਹੁਤੇ ਉਹਨਾਂ ਦੀਆਂ ਨੀਤੀਆਂ ਦੇ ਉੱਤੇ ਬਹੁਤਾ ਉਹਨਾਂ ਦੀ ਸਰਾਹਣਾ ਕਰ ਰਹੇ ਹਾਂ। ਜੋ ਅੰਕੜੇ ਦੇਸ਼ ਦੇ ਵਿੱਚ ਸਾਹਮਣੇ ਆਏ ਹੋਏ ਨੇ ਇਹਨਾਂ ਚੋਣਾਂ ਦੇ ਵਿੱਚ ਉਹ ਜਿਹੜੇ ਰਵਾਇਤੀ ਮੁੱਦੇ ਸੀ ਜਿਨ੍ਹਾਂ ਦਾ ਲੋਕਾਂ ਦੇ ਨਾਲ ਸਾਹੂਕਾਰ ਸੀ ਉਹ ਬਿਲਕੁਲ ਖਤਮ ਨੇ। ਕੋਈ ਰਾਸ਼ਟਰਵਾਦ ਦਾ ਪਾਠ ਪੜ੍ਹਾ ਰਿਹਾ, ਕੋਈ ਦੂਜੇ 'ਤੇ ਇਲਜ਼ਾਮਬਾਜ਼ੀ 'ਤੇ ਲੱਗਿਆ ਪਿਆ ਹੈਗਾ। ਜਿਹੜੇ ਅਸਲ ਮੁੱਦੇ ਸੀ ਇਸ ਦੇਸ਼ ਦੇ ਵੱਧਦੀ ਆਬਾਦੀ, ਵੱਧਦੀ ਆਬਾਦੀ ਸਭ ਤੋਂ ਵੱਡਾ ਮੁੱਦਾ ਅਸਲ ਪੁਆੜੇ ਦੀ ਜੜ੍ਹ ਵੱਧਦੀ ਆਬਾਦੀ ਹੈ। ਜਦੋਂ ਅਸੀਂ ਆਜ਼ਾਦ ਹੋਏ ਸੀ 33-34 ਕਰੋੜ ਦੇ ਕਰੀਬ ਸੀਗੇ, ਅੱਜ ਅਸੀਂ 133 ਦੇ ਕਰੀਬ, ਜਿਹੜਾ 100 ਕਰੋੜ ਮੁਲਕ ਉਸ ਤੋਂ ਬਾਅਦ ਜੰਮ ਪਿਆ
ਉਹਦੇ ਵਾਸਤੇ ਧਰ ਇਸ ਧਰਤੀ 'ਤੇ ਕੋਈ ਵੀ ਰਾਜ ਕਰਨ ਵਾਸਤੇ ਆ ਜੇ ਨਾ ਉਹ ਉਸਨੂੰ ਮਕਾਨ ਦੇ ਸਕਦਾ, ਨਾ ਉਸਨੂੰ ਦੋ ਪੇਟ ਦੇ ਡੰਗ ਦੀ ਰੋਟੀ ਦੇ ਸਕਦਾ, ਨਾ ਉਸ ਨੂੰ ਕੱਪੜਾ ਦਿੱਤਾ ਜਾ ਸਕਦਾ, ਬੁਨਿਆਦੀ ਸਹੂਲਤਾਂ ਉਸਨੂੰ ਦਿੱਤੀਆਂ ਨਹੀਂ ਜਾ ਸਕਦੀਆਂ, ਸਿੱਖਿਆ ਉਹਨੂੰ ਨਹੀਂ ਦਿੱਤੀ ਜਾ ਸਕਦੀ, ਸਿਹਤ ਉਹਨੂੰ ਨਹੀਂ ਦਿੱਤੀ ਜਾ ਸਕਦੀ। ਇਸ ਕਰਕੇ ਆਮ ਲੋਕਾਂ ਨੂੰ ਇਸ ਮਾਮਲੇ ਵਿੱਚ ਸੁਚੇਤ ਹੋਣਾ ਚਾਹੀਦਾ ਹੈ ਕਿ ਇਹ ਲੋਕ ਸਿਰਫ ਜੁਮਲੇ ਦਾ ਡੋਰੂ ਵਜਾ ਕੇ ਲੋਕਾਂ ਦਾ ਬੇਵਕੂ ਬਣਾਉਂਦੇ ਨੇ ਔਰ ਲੋਕਾਂ ਦਾ ਬੇਵਕੂ ਬਣਾ ਕੇ ਆਪਣੇ ਰਾਜ ਭਾਗ ਨੂੰ ਗਾਹਾਂ ਤੋਰਨ ਦੀ ਗੱਲ ਕਰਦੇ ਨੇ। ਬਿਲਕੁਲ ਸੋਸ਼ਲ ਮੀਡੀਆ ਦੇ ਉੱਤੇ ਹੁਣ ਜਦੋਂ ਇੱਕ ਚੀਜ਼ ਚੰਗੀ ਚੱਲੀ ਹੈ ਭਾਵੇਂ ਉਹਦਾ ਢੰਗ ਗਲਤ ਹੋ ਸਕਦਾ ਕਿ ਜਦੋਂ ਇਹ ਲੀਡਰ ਹੁਣ ਲੋਕ ਕਚਹਿਰੀ ਵਿੱਚ ਜਾਂਦੇ ਨੇ ਤਾਂ ਇਹਨਾਂ ਤੋਂ ਪੁੱਛਿਆ ਜਾ ਰਿਹਾ ਵੀ ਤੁਸੀਂ ਪਿਛਲੀ ਵਾਰੀ ਆਹ ਗੱਲ ਕਰਕੇ ਗਏ ਸੀ, ਹੁਣ ਦੱਸੋ ਤੁਸੀਂ ਉਹ ਜਿਹੜਾ ਹੈਗਾ ਮੁੱਦਾ ਹੈਗਾ ਤੁਸੀਂ ਕੀਤਾ ਸੀ ਉਹਦਾ ਕੀਤਾ। ਇਸ ਇਲੈਕਸ਼ਨ ਦਾ ਇੱਕ ਆਹ ਵਖਰੇਵਾਂ ਕਿ ਇਸ ਵਾਰੀ ਲੋਕ ਘੇਰਦੇ ਨੇ, ਨਾਲ ਨਾਲ ਵੀਡੀਓ ਹੈ ਜਿਹੜੀ ਬਣਦੀ ਹੈ ਭਾਵੇਂ ਹਰਸਿਮਰਤ ਬਾਦਲ ਹੈ, ਗੁਲਜ਼ਾਰ ਰਾਣੀ ਕਿ ਆ, ਰਾਜਾ ਵੜਿੰਗਾ, ਲੋਕ ਘੇਰਦੇ ਨੇ ਨਾਲ ਨਾਲ ਵੀਡੀਓ ਪਾਉਂਦੇ ਨੇ, ਇਸ ਇਲੈਕਸ਼ਨ ਦਾ ਥੋੜ੍ਹਾ ਵੱਖਰਾ ਸੰਬੰਧ ਹੈ। ਸਰ ਪਰਮਜੀਤ ਸਿੰਘ ਜੀ ਤੁਸੀਂ ਉੱਚ ਅਧਿਕਾਰੀ ਰਹੇ ਹੋ, ਪਬਲਿਕ ਨਾਲ ਜੁੜੇ ਮਹਿਕਮੇ ਨਾਲ ਤੁਸੀਂ ਕੰਮ ਕੀਤਾ, ਇਸ ਇਲੈਕਸ਼ਨ ਦਾ ਕੀ ਫਰਕ ਵੇਖਦੇ ਹੋ, ਕੀ ਨਵੀਂ ਆਸ ਜਾਂ ਨਿਰਾਸ਼ ਕਰਨ ਵਾਲੀ ਕਿਹੜੀ ਚੀਜ਼ ਮਹਿਸੂਸ ਦਿਓ ਇਸ ਚੋਣ ਦਾ ਤੇ ਪਿਛਲੀਆਂ ਚੋਣਾਂ ਦਾ ਅੰਤਰ? ਇਹ ਜਿਹੜੀ ਚੋਣ ਹੋ ਰਹੀ ਹੈ ਬੜੀ ਇਸ ਗੱਲੋਂ ਮਹੱਤਵਪੂਰਨ ਹੈ ਕਿਉਂਕਿ ਇਹਨੇ ਦਿਸ਼ਾ ਨਿਰਦੇਸ਼ ਤੈਅ ਕਰਨਾ ਹੈ ਮੁਲਕ ਦਾ। ਜਦੋਂ ਮੁਲਕ ਬਣਿਆ ਸੀ ਉਹ ਜਿਹੜਾ ਉਹ ਵਿਧਾਨ ਲਿਆ ਸੀ ਸਾਰੇ ਮੁਲਕਾਂ ਦੇ ਚੰਗੇ ਡੈਮੋਕ੍ਰੇਸੀ ਦੇ ਜਿਹੜੇ ਸੀਗੇ ਲੋਕ ਰਾਜ ਦੇ ਪ੍ਰਚਲਿਤ ਸੰਸਥਾਵਾਂ ਸੀਗੀਆਂ ਉੱਥੋਂ ਲੈ ਕੇ ਵਿਚਾਰ ਉਹ ਬਣਾਇਆ ਸੀ। ਇਹ ਜਿਹੜੀ ਹੁਣ ਜਿਹੜੀ ਸੰਸਥਾ ਹਿੰਦੁਸਤਾਨ ਨੂੰ ਚਲਾ ਰਹੀ ਹੈ ਚਾਹੇ ਪਿੱਛੇ ਬਹਿ ਕੇ ਬੈਕ ਸੀਟ ਡਰਾਈਵਿੰਗ ਕਰ ਰਹੀ ਹੈ ਉਹ ਇੱਕ ਸੰਸਥਾ ਹੈਗੀ ਉਹਨੂੰ RSS ਕਹਿੰਦੇ ਹੈ। ਉਹਨਾਂ ਨੇ ਕਦੇ ਵੀ ਨਹੀਂ ਇਸ ਗੱਲ ਨੂੰ ਮੰਨਿਆ ਵੀ ਸਾਨੂੰ ਇਹ ਵਿਧਾਨ ਪਸੰਦ ਹੈ। ਉਹ ਹਮੇਸ਼ਾ ਕਹਿੰਦੇ ਰਹੇ ਨੇ, ਤੁਸੀਂ ਉਹਨਾਂ ਦੀ ਰਾਈਟਿੰਗਸ ਪੜ੍ਹ ਲਓ, ਕਈ ਜਗ੍ਹਾ ਤਾਂ ਲੀਕ ਹੁੰਦੀਆਂ ਨੇ ਪਰ ਜ਼ਿਆਦਾ ਉਹਨਾਂ ਨੂੰ ਦੱਬ ਕੇ ਰੱਖਿਆ ਜਾਂਦਾ। ਜਿਵੇਂ ਆਮ ਤੌਰ 'ਤੇ ਸੀਕ੍ਰੇਟ ਜਿਹੜੀਆਂ ਏਜੰਸੀਜ਼ ਹੁੰਦੀਆਂ ਨੇ ਜਿਵੇਂ ਰਸ਼ੀਆ ਦੇ ਵਿੱਚ ਪਹਿਲਾਂ KGB ਹੁੰਦੀ ਜਾਂ ਹੋਰ ਹੈ, ਉਹਨਾਂ ਗੱਲਾਂ ਬਾਹਰ ਨਹੀਂ ਆਉਂਦੀਆਂ। ਇਹ ਗੱਲਾਂ ਹੁਣ ਇਹਨਾਂ ਕਦੇ ਕਦੇ ਚੀਜ਼ਾਂ ਬਾਹਰ ਆ ਜਾਂਦੀਆਂ ਨੇ, ਉੱਥੋਂ ਤੁਸੀਂ ਦੇਖ ਕੇ ਅੰਦਾਜ਼ਾ ਲਾ ਲਓ ਵੀ ਮਾਇਨੋਰਿਟੀਜ਼ ਪ੍ਰਤੀ ਹੋਰਾਂ ਪ੍ਰਤੀ ਕੀ ਰਵੱਈਆ ਹੈਗਾ। ਸਰ ਵਿਨਸਟਨ ਚਰਚਲ ਨੇ ਇੰਗਲੈਂਡ ਦੀ ਪਾਰਲੀਮੈਂਟ 'ਚ 1942 'ਚ ਗੱਲ ਕਹੀ ਸੀ ਵੀ ਸਾਡੇ ਜਾਣ ਤੋਂ 50 ਸਾਲ ਬਾਅਦ ਹਿੰਦੁਸਤਾਨ ਨੂੰ ਹਿੰਦੂ ਰਾਜ ਕਨਵਰਟ ਕਰਨ ਦੀ ਕੋਸ਼ਿਸ਼ ਹੋਵੇਗੀ ਤਾਂ ਉਸ ਤੋਂ ਬਾਅਦ ਹਿੰਦੁਸਤਾਨ ਡਿਸਇੰਟੈਗ੍ਰੇਟ ਹੋਣਾ ਸ਼ੁਰੂ ਹੋ ਜਾਏਗਾ। ਹੁਣ ਸਰ ਜਿਹੜੀ ਇਹ ਗੱਲਾਂ ਜਿਵੇਂ ਆਪਾਂ ਪਿਛਲੇ ਮਾਹੌਲ 'ਚ ਦੇਖਿਆ ਹੈਗਾ ਵੀ ਜਦੋਂ ਦੀ ਸਰਕਾਰ 14 'ਚ ਬਣੀ ਹੈ ਇਹਦੇ ਨਾਲ ਵਧਿਆ ਕੀ ਹੈ ਅਤੇ ਘਟਿਆ ਕੀ ਹੈ ਜੀ? ਇੱਕ ਤਾਂ ਸੋਸ਼ਲ ਟੈਨਸ਼ਨਸ ਵੱਧ ਗਈਆਂ ਜੀ, ਮਜ਼ਬਾਂ ਦੀ ਨਫ਼ਰਤ ਵੱਧ ਗਈ, ਨਫ਼ਰਤ ਵੱਧ ਗਈ। ਆਪਾਂ ਦੂਸਰੇ ਨੇੜੇ ਆਉਣ ਲਈ ਆਉਣਾ ਚਾਹੀਦਾ ਸੀ ਸਰ, ਜਿਹੜੇ ਜੋ ਸਰਕਾਰ ਦੇ ਕੰਮ ਹੈਗੇ ਨੇ ਇਹ ਪਾੜਾ ਵੱਧ ਗਿਆ। ਲਿੰਚਿੰਗ ਕਦੇ ਮੇਰਾ ਖਿਆਲ ਮਿਡੀਵਲ ਟਾਈਮ 'ਚ ਹੁੰਦੀ ਹੋਣੀ ਹੈ, ਉਹ ਹੁਣੀ ਸ਼ੁਰੂ ਹੋ ਗਈ ਵੀ ਤੁਹਾਨੂੰ ਸ਼ੱਕ ਪੈ ਗਿਆ ਥੋੜ੍ਹੀ ਉਹ ਕਰ ਦਿਉ। ਕਈ ਵਾਰੀ ਆਪ ਘੱਟ ਸਿੱਖਾਂ 'ਤੇ ਵੀ ਹੋਏ ਨੇ। ਇਹ ਨਫ਼ਰਤ ਜਿਹੜੀ ਹੈਗੀ ਸਰ ਇਹ ਘਟਾਉਣਾ ਸਰਕਾਰ ਦਾ ਕੰਮ ਸੀਗਾ। ਇਹ ਹੁਣ ਜੇ ਇਹ ਸਰਕਾਰ ਦੁਬਾਰਾ ਆ ਜਾਂਦੀ ਹੈ, ਇਹਨਾਂ ਨੇ ਇਹ ਪਲਾਨ ਕੀਤਾ ਹੋਇਆ। ਹੁਣ ਵੀ ਕਈਆਂ ਦੇ ਬਿਆਨ ਆਉਂਦੇ ਨੇ ਵੀ ਜੇ ਸਾਨੂੰ ਇੱਕ ਵਾਰੀ ਪਾਵਰ ਦੇ ਦਿਓ ਫਿਰ 25 ਦਫ਼ਾ ਚੋਣਾਂ ਹੋਣਗੀਆਂ ਹੀ ਨਹੀਂ, ਹੋਣਾ ਸਾਰਾ ਵਿਧਾਨ ਰਾਈਟ ਆਫ ਹੋ ਜਾਏਗਾ, ਨਵਾਂ ਵਿਧਾਨ ਬਣੇਗਾ, ਉਹਦੇ ਵਿੱਚ ਇਹੋ ਜਿਹਾ ਕੋਈ ਵਿਵਸਥਾ ਨਹੀਂ ਹੋਏਗੀ ਸਰ। ਇਹ ਹਿੰਦੁਸਤਾਨ ਦੇ ਲੋਕਾਂ ਨੂੰ ਬਹੁਤ ਮਹੱਤਵਪੂਰਨ ਹੈਗਾ। ਮੈਨੂੰ ਇਸ ਗੱਲ ਦੀ ਅਫਸੋਸ ਹੈਗਾ ਵੀ ਕਈ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਇਸ ਗੱਲ ਨੂੰ ਰਿਲਾਈਜ਼ ਕਰਦੇ ਨੇ ਵੀ ਜੇ ਹਿੰਦੁਸਤਾਨ ਨੇ ਸਰਵਾਈਵ ਕਰਨਾ ਤਾਂ ਉਹ ਸੰਘੀ ਢਾਂਚਾ ਜਿਹੜਾ ਹੈਗਾ ਫੈਡਰਲ ਸਟਰਕਚਰ ਤੌਰ 'ਤੇ ਕਰ ਸਕਦਾ। ਜਿਵੇਂ ਜਿਹੜੀਆਂ ਵੱਡੀਆਂ ਸਟੇਟਸ ਹੁੰਦੀਆਂ ਜਿਵੇਂ ਅਮੈਰੀਕਾ ਕੈਨੇਡਾ ਹੈਗਾ, ਉੱਥੇ ਜਿਹੜੀਆਂ ਸਟੇਟਸ ਨੂੰ ਆਪਣੇ ਪਾਵਰਸ ਹੈਗੀਆਂ ਨੇ, ਆਟੋਨਮੀ ਹੈਗੀ ਹੈ, ਉਹ ਇਸ ਕਰਕੇ ਉਹ ਸਟੇਟਸ ਚੱਲੀਆਂ ਜਾ ਰਹੀਆਂ ਨੇ ਜੀ। ਅਤੇ ਉਰੇ ਜਿਹੜੀ ਹੈਗੀ ਸਟੇਟਸ ਦੇ ਪਾਵਰ ਨੂੰ ਸਟੇਟਸ ਦੇ ਅਧਿਕਾਰਾਂ ਨੂੰ ਖੋਣ ਦੇ ਯਤਨ ਹੋ ਰਹੇ ਨੇ। ਸੋ ਜਿਹੜੇ ਤੁਸੀਂ ਦੇਖਦੇ ਹੋ ਵੀ ਵਿਤਕਰੇ ਜਿਹੜੇ ਇਹ ਵੱਧ ਰਹੇ ਨੇ, ਇਹਦੇ ਕਰਕੇ ਲੋਕਾਂ 'ਚ ਕੁਛ ਬੇਗਾਨਗੀ ਦੀ ਭਾਵਨਾ, ਐਲੀਨੇਸ਼ਨ ਦੀ ਭਾਵਨਾ ਹੋ ਰਹੀ ਹੈ। ਸਰ ਹੁਣ ਜਿਹੜੀ ਤੁਸੀਂ ਉਹਨਾਂ ਉਹੀ ਤਾਕਤਾਂ ਜਿਹੜੀਆਂ ਨੇ, ਕਲਿੰਟਨ ਸਾਹਿਬ ਜਦੋਂ ਆਏ ਸੀ ਤਾਂ ਉਹ ਕਸ਼ਮੀਰ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ ਸੀ, ਉਹ ਮੈਡਮ ਜਿਹੜੀ ਉਹਨਾਂ ਦੀ ਵਿਦੇਸ਼ ਮੰਤਰੀ ਸੀ ਉਹ ਕਿਤਾਬ 'ਚ ਵੀ ਆ ਕੇ ਲਿਖਿਆ ਹੋਇਆ ਵੀ ਇਹ ਹੀ ਕੰਮ ਕੀਤਾ। ਇਹ ਉਸ ਵੇਲੇ ਜਨਰਲ ਸੀਗੇ ਲੈਫਟੀਨੈਂਟ ਜਨਰਲ ਗਿੱਲ ਕਰਕੇ ਹੈਗੇ ਨੇ ਕਰਤਾਰ ਸਿੰਘ, ਉਹਨਾਂ ਨੇ ਵੀ ਬਿਆਨ ਦਿੱਤਾ ਹੋਇਆ ਵੀ ਆਰਮੀ ਦਾ ਇਨਵੋਲਵਮੈਂਟ ਸੀਗੀ। ਸਰ ਇਹੋ ਜਿਹੀ ਜੇ ਇਹ ਚੀਜ਼ਾਂ ਆਉਣਗੀਆਂ ਤਾਂ ਇਹ ਬਿਲਕੁਲ ਇਹ ਹੋਏਗਾ। ਇਹਨਾਂ ਨੇ ਇੱਕ ਮਾਇੰਡ ਇਨਸਕਿਉਰਿਟੀ ਭਰ ਦਿੱਤੀ ਗਈ RSS ਵੱਲੋਂ ਹਿੰਦੂਆਂ ਦੇ ਵੀ ਜੇ ਇਹ ਮੁਲਕ 'ਚ ਕੋਈ ਇੱਕ ਬੰਦਾ ਵੀ ਹੋਰ ਰਹਿ ਗਿਆ ਤੁਸੀਂ ਇਨਸਕਿਓਰ ਨਹੀਂ ਹੈਗੇ ਹਿੰਦੁਸਤਾਨ 'ਚ। ਹਿੰਦੁਸਤਾਨ ਸਿਕਿਓਰ ਤਾਂ ਰਹੇਗਾ ਜੇ 100% ਆਬਾਦੀ ਇੱਕ ਧਰਮ ਦੀ ਹੋ ਜਾਏਗੀ। ਸਰ ਇਹ ਬੜੀ ਖਤਰਨਾਕ ਵਿਚਾਰਧਾਰਾ ਹੈਗੀ ਆ। ਇੰਡੀਆ ਦੀ ਜਿਹੜੀ ਬਿਊਟੀ ਹੈਗੀ ਉਹ ਡਾਇਵਰਸਿਟੀ ਦੇ ਵਿੱਚ ਹੈਗੀ ਆ, ਯੂਨਿਟੀ। ਪਰ ਸਾਹਿਬ ਪਰਮਜੀਤ ਸਿੰਘ ਜੀ, RSS ਨਾਲ ਸਾਰੇ ਹਿੰਦੂ ਤਾਂ ਇਤਫਾਕ ਨਹੀਂ ਰੱਖਦੇ। ਤੁਸੀਂ ਵੇਖੋ ਸੁਨੀਲ ਜਾਖੜ ਜਾਂ ਹੋਰ ਕਿੰਨੇ ਨੇ, ਈਵਨ ਦਿਗਵਿਜੇ ਸਿੰਘ, ਉਸਨੇ ਤਾਂ ਮੁੰਬਈ ਬਲਾਸਟ ਨੂੰ ਵੀ RSS ਦੀ ਪਲੈਨਿੰਗ ਕਹਿ ਦਿੱਤਾ ਸੀ। ਸਾਧਵੀ ਪ੍ਰਗਿਆ ਨੂੰ ਉਹ ਉਠਾ ਰਹੇ ਨੇ, ਹਿੰਦੂ ਅੱਤਵਾਦ ਲਫਜ਼ ਹੈ ਜਿਹੜਾ ਪਹਿਲੀ ਵਾਰੀ ਦਿਗਵਿਜੇ ਸਿੰਘ ਜਾਂ ਸ਼ਿਵਰਾਜ ਸਿੰਘ ਹੋਰਾਂ ਨੇ ਵਰਤਿਆ, ਉਹ ਵੀ ਤਾਂ ਹਿੰਦੂ ਨੇ।
सर एक मेरी गल होंगी है जिमें हूँ देखो अपने सिखा की एग्जाम्पल लै लीए सिखा के बहुत ही गिणती जी ड्राइविंग फोर्स हैगी है ना जी वह नारिया के नाल इन्हों जुड़ी हुई है जी समॉल माइनोरिटी हैगी है ना जी वो इंटलैक्चुअल देखते फर्क माड़ा मोटा फर्क देखती है जी अकाल तख्त की आप बेदबी जो गल करिए स्टेटस गिरना थोड़ा की ख्याल भी एकदम शुरू हो गया सरसे बाबे के नाल ये पहला शुरू नहीं होया काफ़ी देर चले जे चंगी आवाजा सी पढ़े लिखे लोग से रौला पाते जो फतेह सिंह उन्होंने कुंड बनाए अकाल तख्त के बराबर उदों कुछ लोग बोले बाकी समझ नहीं आई उस वे गुरनाम सिंह मुख्यमंत्री से नाले पढ़े लिखे से उन्हें कहा मैं तो सीमेंट पत्थ लवा के संगमरमर पक्के करवा दिना जोड़े पढ़े लिखे लोग से वह समझते सी भी ये अकाल तख्त की बिद भी है यह कुंड बनाने और उस करके फेरू मान साहब की कुरबानी हुई उन्होंने वसीत जी हैगी है उन्होंने डर सगा भी मेरे पिछों मेरी वसीत टैंपर होगी उन्होंने वसीत फिर अपने एक बंद साइन करवाई जोड़े बंद ने तस्दीक की वसीत उन्होंने 57 एड्डा व्डा अमीर आदमी से सर महिंदर सिंह खन्ना उन्होंने एक महीना जेल च रख्या गया भी तू दूजी वसीत से साइन कर दे तो उन्होंने फिर फेरू मान साहब ने रिकॉर्डिंग करा के अपनी वसीत रखी सी सो य चीज़ा कोशिश होंगी रही हमेशा भी उन्होंने डाउन प्ले कराया जाए सो हूँ भी तुम जी गल कही है भी आर एस एस के कई बंदे जोड़े है मैं मानता भी सारे 100% ये नहीं है इन्हें यह मानते फासिस्ट टेंडेंसीज इन्हों कहें क्योंकि जो आर एस एस बनी तो एक इन्होंने ऑन ऑरगनाइज कि मैगजीन हैगा ऑन आउटलुक 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 ने विशेष अंक छापिया जो ये गए जो आप कोई चीज़ शुरू कर दें ना जी अपने अंब भी उन्होंने किया लोड़ी है कम सौ हर पै आखी आप रब का ना लें यह जो जथेबंदी बनी है पहला हिटलर ते मुसोलिनी कोल गए भी असीं थोड़े कोलों प्रेरणा लेनी है सो हिटलर ते मुसोलिनी का आप देखा ही है जो उन्होंने सोच सी जो उन्होंने देश को बर्बादी की वो सारे देखते हैं इटली वाला कोई बंदा भी मेरा ख्याल मुसोलिनी नाल इलेक्शन नहीं लड़ सकता उसका स्वास्तिक चिन्ह भी दिखता जा रहा है जो चोन चिन्ह भी इंडिया का उस टाइप का पिछले जो इंटरव्यू छपी सी करण थापर जी बड़े सियाने एंकर है कैमरेज के पढ़े हुए हैं मैडम रोमिला थापर भी बहुत नामवर हिस्टोरीयन है हूँ देखो वह जे हिस्टोरीयन जो वर्ल्ड लैवल के है रोमिला थापर हैगी इरफान हबीब साहब है होर स्कॉलरस है उन्होंने डाउन प्ले कराया जा रहा है वो थान से थर्ड रेट स्कॉलरस जोड़े ने इंडियन हिस्टोरीकल काउंसिल ऑफ हिस्टोरीकल रिसर्च के आ रहे हैं वह जे सुप्रीम कोर्ट न थले सुटिया जा रहा है इलैक्शन कमीशन थले तुम देखो इलैक्शन कमीशन वैसे कॉन्स्टिट्यूशनल बॉडी है ये जान पाई टी एन सैशन ने उदों करके फिर लोगों के जापते लगने शुरू हुए अच्छा फिर इन्होंने देखा लीडर्स ने भी यह सानू तंग करनगे साढ़े ओवरराइडिंग होणगे इन्होंने कि तीन मैंबरी कमीशन बनाता हूँ इन्होंने अपने बंदे लाते हूँ सुप्रीम कोर्ट में कहना पाया भी थोड़े अपने कोई थोड़े पावर है नहीं गिया थोड़े अपने दंद है नहीं गए तो जाके सुप्रीम कोर्ट कमीशन ने उन्होंने खिलाफ एक्शन लिया है देखो ये स्थितियां पहले कदम पैदा नहीं हुई इन संकेतों समझ लेना चाहिए भी किधर जा रहे हैं और जिहड़े बंदे एक गल नहीं समझणगे ना जी वो तो फिर जिवें इकबाल साहब का एक शेर हैगा ना समझोगे तो मिट जाओगे हिंदुस्तान वालों फिर वो गल हो जाएगी सर हथों गल निकल जाएगी फिर जी। और मेरा इस मनना हैगा दूसरी टर्म दे पांच साल आप देख लेने हुण जे कोई लोग समझदारी ना वोट पाउणगे कोई उस तरह के बंदे जिहड़े कॉन्स्टिट्यूशन समर्पित होणगे संविधान नूं समर्पित होणगे उस पासे आएगी हुण देखो अकाली दल हैगा इक खेतरी पार्टी हैगी ये हुण इन्हां दे कोल कोई एजेंडा नहीं हैगा सवाए कहिंदे जे असीं सानूं वोट जिहड़ी मोदी सरकार नूं वोट है वह कहिंदे जिहड़ा हुण देखो पंजाब दे पाणियां ते रिपेरियन लॉ लागू हुंदा जी रिपेरियन नूं कोई जानदे ही नहीं सी मैं तुहानूं जे कहोंगे तां इंसीडेंट दसांगा हुण ओह इक चोण लड़ रहे ने ओह कह रहे ने वी मोदी साहब ने रावी दा पाणी मुड़ के जमुना च पा दित्ता जमुना पंजाब दा दरिया नहीं हैगा उहदा फायदा पंजाब नूं नहीं होणा सर जदों इह ਇਹ ਲੌਂਗੋਵਾਲ ਸਾਹਿਬ ਗਏ ਨੇ ਸਮਝੌਤਾ ਕਰਨ ਤਾਂ ਨਾਲ ਦੋ ਵਿਦਵਾਨ ਲੈ ਕੇ ਗਏ ਸੀ ਅਤਰ ਸਿੰਘ ਅਤੇ ਆਪਣਾ ਪ੍ਰਿਥੀਪਾਲ ਸਿੰਘ ਕਪੂਰ ਅਤਰ ਸਿੰਘ ਤਾਂ ਮੈਨੂੰ ਨਹੀਂ ਮਿਲ ਸਕੇ ਪ੍ਰਿਥੀਪਾਲ ਸਿੰਘ ਕਪੂਰ ਨਾਲ ਮੇਰੀ ਗੱਲ ਹੋਈ ਸੀ ਯੂਨੀਵਰਸਿਟੀ 'ਚ ਗੱਲ ਹੋਈ ਸੀ ਮੈਂ ਕਿਹਾ ਸਰ ਤੁਸੀਂ ਨਾਲ ਗਏ ਸੀ ਕਹਿੰਦੇ ਹਾਂਜੀ ਮੈਂ ਕਿਹਾ ਸਰ ਤੁਸੀਂ ਜਿਹੜਾ ਨਹਿਰੀ ਪਾਣੀਆਂ ਦਾ ਸੌਦਾ ਕਰਕੇ ਆਏ ਹੋ ਉਹ ਕਹਿੰਦੇ ਨਹਿਰੀ ਪਾਣੀਆਂ ਬਾਰੇ ਤਾਂ ਜੋ ਬਰਨਾਲਾ ਸਾਹਿਬ ਨੇ ਕਿਹਾ ਸੀ ਮੈਂ ਤਾਂ ਉਸੇ ਗੱਲ 'ਤੇ ਪਹਿਰਾ ਦਿੱਤਾ ਵੀ ਇੱਕ ਜਿਹੜਾ ਜੁਲਾਈ 1988 ਨੂੰ ਮੈਂ ਕਿਹਾ ਸਰ ਬਰਨਾਲਾ ਸਾਹਿਬ ਐਕਸਪਰਟ ਨਹੀਂ ਹੈਗੇ ਸੀ ਐਕਸਪਰਟ ਤੁਸੀਂ ਹੈਗੇ ਸੀ ਤੁਹਾਨੂੰ ਤੁਹਾਡੇ ਤੋਂ ਇਹ ਗੱਲ ਸਾਨੂੰ ਆਸ ਸੀਗੀ ਤੁਸੀਂ ਇਹਨੂੰ ਗੱਲ ਨੂੰ ਠੀਕ ਕਰਦੇ ਜੀ ਫਿਰ ਉਹਨੇ ਕੋਈ ਜਵਾਬ ਨਹੀਂ ਦਿੱਤਾ ਮੈਂ ਕਿਹਾ ਚੰਗਾ ਸਰ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਤੁਸੀਂ ਨੌਨ ਰਿਪੇਰੀਅਨ ਸਟੇਟਸ ਨੂੰ ਪਾਣੀ ਲੈਣਾ ਕਿਉਂ ਬਣ ਕੇ ਆਏ ਜੀ ਉਹਨੇ ਜਵਾਬ 'ਚ ਕਿਹਾ ਮੇਰੇ ਕੋਲ ਲਿਖੇ ਉਹ ਪਿਆ ਉਹ ਕਹਿੰਦੇ ਜੀ ਉਸ ਵੇਲੇ ਰਿਪੇਰੀਅਨ ਨੌਨ ਰਿਪੇਰੀਅਨ ਕੌਣ ਜਾਣਦਾ ਸੀ ਸਰ ਜਿਹੜੇ ਬੰਦੇ ਪ੍ਰੋ ਵਾਈਸ ਚਾਂਸਲਰ ਰਹੇ ਹੋਣ ਉਹ ਆਮ ਸਿੱਖ ਤਾਂ ਨਹੀਂ ਹੋ ਸਕਦੇ
ਪੜ੍ਹੇ ਲਿਖੇ ਡਿਗਰੀਆਂ ਪੀ ਐਚ ਡੀ ਦੀਆਂ ਹੋਣ, ਜੇ ਉਹਨਾਂ ਦਾ ਮਿਆਰ ਇਹ ਹੈਗਾ ਵੀ ਰਿਪੇਰੀਅਨ ਨੂੰ ਨਹੀਂ ਜਾਣਦੇ ਤਾਂ ਫਿਰ ਬਾਕੀ ਪੰਜਾਬ ਦੀ ਬੁੱਧੀ ਤੇ ਕੀ ਤਰਸ ਕਰੀਏ। ਖਾਸ ਕਰਕੇ ਬੌਧਿਕ ਵਰਗ ਦੀ ਕਾਫ਼ੀ ਕਮੀ ਹੈ। ਢਿੱਲੋਂ ਸਾਹਿਬ, ਇਸ ਤਰ੍ਹਾਂ ਜਿਸ ਤਰ੍ਹਾਂ ਸਾਹਿਬ ਪਰਮਜੀਤ ਸਿੰਘ ਹੋਰਾਂ ਨੇ ਜ਼ਿਕਰ ਕੀਤਾ, ਮੀੜੀ ਦੀ ਗੱਲ ਕੀਤੀ, ਕਰਨ ਥਾਪਰ ਹੋਰਾਂ ਦਾ ਲੈਪਲ ਛੱਡ ਕੇ ਪੀ ਐੱਮ ਸਾਹਿਬ ਪਾਣੀ ਪੀਣ ਦੇ ਬਹਾਨੇ ਭੱਜ ਗਏ ਸੀ ਮੋਦੀ ਸਾਹਿਬ, ਅਤੇ ਹੁਣ ਉਹਨਾਂ ਦੀ ਇੰਟਰਵਿਊ ਅਕਸ਼ੇ ਕੁਮਾਰ ਹੋਰੀ ਕਰ ਰਹੇ ਨੇ, ਕੀ ਬੀਜੇਪੀ ਨੂੰ ਅੰਦਰੋਂ ਅੰਦਰੀ ਤੌਖਲਾ ਕਦੇ ਉਹ ਆਪਣੀ ਫਿਲਮ ਲਿਆਉਣ ਦੀ ਗੱਲ ਕਰ ਰਹੇ ਨੇ ਜਿਹਨੂੰ ਚੋਣ ਕਮਿਸ਼ਨ ਨੇ ਰੋਕਿਆ ਹੋਇਆ, ਜਾਂ ਚੋਣ ਕਮਿਸ਼ਨ ਜਿਹੜਾ ਹੈਗਾ ਕਿੰਨਾ ਕੁ ਸੌਫਟ ਅਤੇ ਕਿੰਨਾ ਕੁ ਸਖ਼ਤ ਹੈ, ਅਤੇ ਮੀਡੀਆ ਦਾ ਕੀ ਰੋਲ ਇਸ ਇਲੈਕਸ਼ਨ 'ਚ ਤੁਸੀਂ ਵੇਖਦੇ? ਦੇਖੋ, ਜਿਹੜੀ ਗੱਲ ਤੁਸੀਂ ਚੋਣ ਕਮਿਸ਼ਨ ਦੀ ਕੀਤੀ ਹੈ, ਚੋਣ ਕਮਿਸ਼ਨ ਦਾ ਰੋਲ ਇਸੇ ਗੱਲ ਤੋਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਪੁਲਵਾਮਾ ਦੀ ਗੱਲ ਪ੍ਰਧਾਨ ਮੰਤਰੀ ਸਾਹਿਬ ਅਤੇ ਜਿਹੜੇ ਅਮਿਤ ਸ਼ਾਹ ਨੇ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ, ਉਹ ਕਈ ਦਿਨਾਂ ਤੋਂ ਕਰ ਰਿਹਾ, ਉਸ ਦੀ ਸ਼ਿਕਾਇਤ ਕੀਤੀ ਨੂੰ ਅੱਜ ਲਗਭਗ 10 ਦਿਨ ਹੋ ਗਏ ਨੇ। 10 ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਯੋਗੀ ਆਦਿੱਤਿਆ ਨਾਥ 'ਤੇ ਤਾਂ 48 ਘੰਟੇ ਦਾ ਲਾਤਾ, ਕਈਆਂ 'ਤੇ ਲਾਤਾ ਹੋ ਲਾਤਾ, ਨਵਜੋਤ ਸਿੱਧੂ 'ਤੇ ਜਦੋਂ 72 ਘੰਟੇ ਦਾ ਲਾਇਆ ਤਾਂ ਉਸ ਵੇਲੇ ਵੀ ਸਵਾਲ ਉੱਠਿਆ ਸੀ ਵੀ ਜੇ ਦੂਜਿਆਂ 'ਤੇ 48 ਘੰਟੇ ਲੱਗਿਆ ਤਾਂ ਨਵਜੋਤ ਸਿੱਧੂ 'ਤੇ 72 ਘੰਟੇ ਦਾ ਕਿਉਂ? ਇਹਦਾ ਮਤਲਬ ਇਹ ਸੀ ਕਿ ਨਵਜੋਤ ਸਿੱਧੂ ਦੀ ਜਿਹੜੀ ਚੋਣ ਮੁਹਿੰਮ ਹੈ ਉਹ ਡਾਇਰੈਕਟ ਪ੍ਰਧਾਨ ਮੰਤਰੀ ਸਾਹਿਬ ਨੂੰ ਹਿੱਟ ਕਰ ਰਹੀ ਹੈ ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਚੋਣ ਕਮਿਸ਼ਨ ਜਿਸ ਤਰ੍ਹਾਂ ਸਰਦਾਰ ਪਰਮਜੀਤ ਸਿੰਘ ਨੇ ਗੱਲ ਕੀਤੀ ਹੈ ਕਿ ਜਦੋਂ TN ਸੈਸ਼ਨ ਹੁੰਦੇ ਸੀ ਉਹਨਾਂ ਨੇ ਜ਼ਰੂਰ ਚੋਣ ਕਮਿਸ਼ਨ ਦਾ ਜਿਹੜਾ ਡੰਡਾ ਸੀ ਉਹ ਲੋਕਾਂ 'ਤੇ ਲਿਆਂਦਾ ਅਤੇ ਦਿਖਾਇਆ ਕਿ ਚੋਣ ਕਮਿਸ਼ਨ ਦੀਆਂ ਜਿਹੜੀਆਂ ਪਾਵਰਾਂ ਨੇ ਉਹ ਕਿਸ ਤਰ੍ਹਾਂ ਵਰਤੀਆਂ ਜਾਂਦੀਆਂ ਨੇ ਔਰ ਲੋਕਾਂ ਨੂੰ ਜਾਬਤੇ ਦੇ ਵਿੱਚ ਰਹਿਣਾ ਚਾਹੀਦਾ। ਜਦੋਂ ਅਸੀਂ ਇੱਕ ਉਂਗਲ ਇੱਕ ਬੰਦੇ ਵੱਲ ਕਰਦੇ ਹਾਂ, 3 ਉਂਗਲਾਂ ਸਾਡੇ ਵੱਲ ਜਿਹੜੀਆਂ ਹੁੰਦੀਆਂ ਨੇ ਉਹ ਅਸੀਂ ਭੁੱਲ ਜਾਂਦੇ ਹਾਂ। ਪ੍ਰਧਾਨ ਮੰਤਰੀ ਸਾਹਿਬ ਜਿਹੜੀ ਵਾਰ ਵਾਰ ਗੱਲ ਕਰਦੇ ਆ, ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਇਸ ਸਮੇਂ ਦੇ ਵਿੱਚ ਨੋਟਬੰਦੀ ਅਤੇ GST ਲਿਆਂਦਾ ਜਿਹਨੂੰ ਕਾਂਗਰਸ ਦੀ ਜਿਹੜੀ ਐਡ ਚੱਲ ਰਹੀ ਹੈ ਇਸ ਵੇਲੇ ਗੱਬਰ ਸਿੰਘ ਟੈਕਸ ਦੇ ਨਾਂ ਦੇ ਉੱਤੇ, ਉਹ ਜੇ ਐਡੀ ਵੱਡੀ ਪ੍ਰਾਪਤੀ ਪ੍ਰਧਾਨ ਮੰਤਰੀ ਸਾਹਿਬ ਨੂੰ ਨਜ਼ਰ ਆਉਂਦੀ ਸੀ ਤਾਂ ਇਹਨਾਂ ਚੋਣਾਂ ਦੇ ਵਿੱਚ ਉਹ ਮਨਫੀ ਹੈ, ਕਿਤੇ ਨਜ਼ਰ ਨਹੀਂ ਆਉਂਦੀ, ਕਿਸੇ ਸਟੇਜ 'ਤੇ ਗੱਲ ਹੀ ਨਹੀਂ ਕਰਦੇ। ਜੇ ਉਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਸੀਗੀ ਵੀ ਅਸੀਂ ਨੋਟਬੰਦੀ ਅਤੇ GST ਲਿਆ ਕੇ, ਜਦੋਂ GST ਡਾਕਟਰ ਮਨਮੋਹਨ ਸਿੰਘ ਹੋਰੀ ਲਿਆਉਣ ਲੱਗੇ ਸੀ ਤਾਂ ਵੱਧ ਤੋਂ ਵੱਧ 18% ਸੀ, ਜਿਹੜਾ ਇਹਨਾਂ ਦਾ 42% ਤੱਕ ਵੀ ਗਿਆ ਹੈਗਾ ਔਰ 300 ਤੋਂ ਵੱਧ ਉਹਦੇ ਵਿੱਚ ਜਿਹੜੀਆਂ ਸੋਧਾਂ ਹੋ ਚੁੱਕੀਆਂ ਨੇ। ਜੇ 300 ਤੋਂ ਵੱਧ ਸੋਧਾਂ ਹੋ ਚੁੱਕੀਆਂ ਨੇ ਇਹਦਾ ਮਤਲਬ ਉਸ ਨੂੰ ਪਹਿਲਾਂ ਹੀ ਸੋਧ ਕੇ ਪੇਸ਼ ਕਰ ਲਿਆ ਜਾਂਦਾ, ਲੋਕਾਂ ਦੀ ਰਾਏ ਲਈ ਜਾਂਦੀ ਕਿ ਆਪਾਂ ਕਿਸ ਤਰ੍ਹਾਂ ਇਸ ਨੂੰ ਲੈ ਕੇ ਆਉਣਾ ਹੈਗਾ। ਤੁਸੀਂ ਜਿਹੜੀ ਗੱਲ ਕਰਦੇ ਹੋ ਕਿ ਥੋੜ੍ਹੇ ਦਿਨ ਪਹਿਲਾਂ ਇੱਕ ਕਮੈਂਟ ਆਇਆ ਸੀ, ਉਹ ਕਹਿੰਦੇ ਸੀਗੇ ਪੱਤਰਕਾਰ ਕੁਛ ਹੋਰ ਬਣੇ ਹੋਏ ਨੇ, ਐਕਟਰ ਪੱਤਰਕਾਰੀ ਕਰ ਰਹੇ ਨੇ, ਪੱਤਰਕਾਰ ਅਦਾਕਾਰੀ ਕਰ ਰਹੇ ਨੇ, ਅਦਾਕਾਰ ਪੱਤਰਕਾਰੀ ਕਰ ਰਹੇ ਨੇ, ਅਤੇ ਤੀਸਰਾ ਜਿਹੜਾ ਗਰੁੱਪ ਹੈਗਾ ਰਾਜਨੀਤਿਕ ਲੋਕਾਂ ਦਾ ਉਹ ਇਹਨਾਂ ਦੋਨਾਂ ਨੂੰ ਰਲਾ ਕੇ ਜਿਹੜਾ ਹੈਗਾ ਇੱਕ ਵੱਖਰੀ ਕਿਸਮ ਦੀ ਭੂਮਿਕਾ ਪੈਦਾ ਕਰ ਰਹੇ ਨੇ। ਇਸ ਵੇਲੇ ਇੱਕ ਸ਼ਬਦ ਕੱਢਿਆ ਗਿਆ ਗੋਦੀ ਮੀਡੀਆ, ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕੋ ਨਾਮ ਜਪ ਰਹੇ ਨੇ ਕਿ ਜੋ ਮਰਜ਼ੀ ਕਹੀ ਜਾਓ ਅਸੀਂ ਤਾਂ ਇੱਕੋ ਨਾਮ ਦੀ ਮਾਲਾ ਜਪਣੀ ਹੈਗੀ ਹੈ, ਜਿਵੇਂ ਪੁਰਾਣੇ ਰਿਕਾਰਡ ਦੇ ਵਿੱਚ ਝਿਰਕੀ ਪੈ ਜਾਂਦੀ ਸੀ ਨਾ, ਵਾਰ ਵਾਰ ਉੱਥੇ ਹੀ ਘੁੰਮੀ ਜਾਂਦਾ ਸੀਗਾ। ਕੁਝ ਚੈਨਲ ਹੈਗੇ ਨੇ ਜਿਹੜੇ ਆਪਦੀ ਇਸ ਜ਼ਿੰਮੇਵਾਰੀ ਨੂੰ ਨਿਭਾਰੇ ਲੋਕਾਂ ਤੱਕ ਲਿਜਾ ਰਹੇ ਨੇ। ਟਵਾਣਾ ਸਾਹਿਬ ਪੁਰਾਣੇ ਜ਼ਮਾਨੇ ਦੇ ਵਿੱਚ ਇੱਕ ਬਜ਼ੁਰਗ ਹੁੰਦਾ ਸੀ, ਉਹਨੇ ਜਦੋਂ ਦੇਖਿਆ ਕਿ ਮੁੰਡਾ ਜਵਾਨ ਹੋ ਗਿਆ, ਮੁੰਡਾ ਦੇਖੀ ਪਰਖ ਕੇ ਕਿ ਮੁੰਡਾ ਕਿੰਨਾ ਕੁ ਸਮੇਂ ਦੇ ਮੁਤਾਬਕ ਢਲ ਗਿਆ ਜਾਂ ਨਹੀਂ ਢਲ ਗਿਆ, ਉਹਨੇ ਘਰੋਂ ਇੱਕ ਬੱਕਰੀ ਦਾ ਲੀਲਾ ਦਿੱਤਾ ਉਹਨੂੰ। ਉਹ ਪਹਿਲਾ ਬੰਦਾ ਮਿਲਿਆ, ਕਹਿੰਦਾ ਕਿ ਉਹ ਵੀ ਕੁੱਤਾ ਕਿੱਧਰ ਚੱਕੀ ਜਾਂਦਾ, ਉਹ ਕਹਿੰਦਾ ਕੁੱਤਾ ਇਹ ਲੀਲਾ ਹੈ। ਸੈਕਿੰਡ ਫਿਰ ਤੀਜਾ ਚੌਥਾ ਜੋ ਪੰਜਵੇਂ ਬੰਦੇ ਨੇ ਕਿਹਾ ਉਹ ਛੱਡ ਕੇ ਵਾਪਸ ਆ ਗਿਆ ਤਾਂ ਬਾਪ ਨੂੰ ਇਹ ਹੋ ਗਿਆ ਵੀ ਇਸ ਸਮੇਂ ਮੁਤਾਬਕ ਬੰਦਾ ਢਲ ਨਹੀਂ ਸਕਦਾ। ਅੱਜ ਦਾ ਮੀਡੀਆ ਉਹ ਜਿਹੜਾ ਲੀਲਾ ਸੀ ਨਾ ਉਹਨੂੰ ਕੁੱਤਾ ਬਣਾ ਕੇ ਵੇਚਣ 'ਤੇ ਲੱਗਿਆ ਹੋਇਆ ਹੈਗਾ। ਹਰ ਵਾਰ ਵਾਰ ਥਾਵਾਂ ਦੇ ਉੱਤੇ ਲੋਕਾਂ ਨੂੰ ਇੱਕ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਵਿਸ਼ਵਾਸ ਕਿਉਂ ਵੱਧਦਾ ਜਾ ਰਿਹਾ? ਲੋਕਾਂ ਨੂੰ ਇਹ ਜਿਹੜੀ ਚੀਜ਼ ਮੀਡੀਆ ਨੇ ਦੱਸਣੀ ਆ ਉਹ ਤਾਂ ਕੱਲ੍ਹ ਦੱਸਣੀ ਹੈ ਜਾਂ ਸ਼ਾਮ ਨੂੰ ਦੱਸਣੀ ਹੈ। ਪਰ ਸੋਸ਼ਲ ਮੀਡੀਆ 'ਤੇ ਵੀ ਸਾਰਿਆਂ ਦਾ ਮਤਲਬ ਜਿਹੜੀ ਵਾਰ ਚੱਲੀ ਉਸ ਤਾਂ ਉਦੋਂ ਵੀ ਮੈਂ ਉਸੇ ਗੱਲ 'ਤੇ ਆ ਰਿਹਾ। ਸੋਸ਼ਲ ਮੀਡੀਆ 'ਤੇ ਲੋਕਾਂ ਦਾ ਇੱਕ ਵਿਸ਼ਵਾਸ ਵੱਜਣਾ ਕਿਉਂ ਸ਼ੁਰੂ ਹੋ ਗਿਆ? ਕਿਉਂਕਿ ਜਿਹੜਾ ਸਾਡਾ ਮੀਡੀਆ ਸੀ ਉਸ ਨੇ ਉਹ ਜ਼ਿੰਮੇਵਾਰੀ ਨਹੀਂ ਨਿਭਾਈ ਜੋ ਜ਼ਿੰਮੇਵਾਰੀ ਉਹਨੂੰ ਨਿਭਾਉਣੀ ਬਣਦੀ ਸੀ। ਪਰ ਉਸ ਦਾ ਝੂਠ ਉਸ ਤੋਂ ਵੀ ਵੱਧ ਗਿਆ। ਮੈਨੂੰ ਗੱਲ ਤਾਂ ਸੋਸ਼ਲ ਮੀਡੀਆ 'ਤੇ ਵੀ ਜਦੋਂ ਸੋਸ਼ਲ ਮੀਡੀਆ 'ਤੇ ਅਜੇ ਕੋਈ ਵਿਧਾਨ ਨਹੀਂ ਹੈਗਾ। ਮੈਂ ਇਹ ਨਹੀਂ ਕਹਿ ਰਿਹਾ ਵੀ ਸੋਸ਼ਲ ਮੀਡੀਆ ਦਾ ਉਹ ਹੈ, ਮੈਂ ਇਹ ਕਹਿ ਰਿਹਾ ਕਿ ਉਸ ਦਾ ਤਾਂ ਹੀ ਲੋਕਾਂ ਦੇ ਵਿੱਚ ਗਿਆ ਜੇ ਜਿਹੜਾ ਮੇਨ ਮੀਡੀਆ ਸੀ ਉਹ ਆਪਦੇ ਮੇਨ ਸਿਧਾਂਤ ਤੋਂ ਪਿੱਛੇ ਹਟ ਗਿਆ, ਤਾਂ ਹੀ ਲੋਕਾਂ ਨੂੰ ਉਹ ਚੰਗਾ ਲੱਗਣ ਲੱਗਿਆ। ਉਹ ਲੋਕਾਂ ਨੂੰ ਚੰਗਾ ਲੱਗਦਾ ਹੀ ਨਹੀਂ ਸੀ ਜੇ ਉਹ ਆਪਣੇ ਸਿਧਾਂਤ 'ਤੇ ਖੜ੍ਹੇ ਰਹਿੰਦੇ। ਜਿਹੜੀ ਤੁਸੀਂ ਗੱਲ ਪਰਮਜੀਤ ਸਿੰਘ ਕਰਕੇ ਤੁਸੀਂ ਗੱਲ ਕਰਕੇ ਹਟੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਪਹਿਲੀ ਵਾਰ ਹੋਇਆ ਜਦੋਂ ਤੋਂ ਅਕਾਲੀ ਦਲ ਬਣਿਆ ਹੈ ਕਿ 14 ਸੀਟਾਂ 'ਤੇ ਸਿਮਟ ਕੇ ਰਹਿ ਜਾਵੇ ਜਦੋਂ ਤੋਂ ਅਕਾਲੀ ਦਲ ਹੋਂਦ ਦੇ ਵਿੱਚ ਆਇਆ। ਦੂਜੀ ਚੀਜ਼ ਇਹ ਪਹਿਲੀ ਵਾਰ ਹੈ ਕਿ
ਭਾਈਵਾਲ ਪਾਰਟੀਆਂ ਦੀਆਂ ਸੀਟਾਂ ਤਿੰਨ ਨੇ ਤੇ ਗੱਲ ਕਰਦੇ ਨੇ ਮੋਦੀ ਦੀ, ਆਪ ਦੀ 10 ਸਾਲ ਦੀ ਕੋਈ ਪ੍ਰਾਪਤੀ ਨਹੀਂ। ਮੋਦੀ ਸਾਹਿਬ ਦੀ ਜਿਹੜੀ ਹੈ ਜੀ ਐਸ ਟੀ ਅਤੇ ਉਹ ਨੋਟਬੰਦੀ ਹੈ, ਉਹਦੀ ਕਿਤੇ ਪ੍ਰਾਪਤੀ ਨਜ਼ਰ ਨਹੀਂ ਆ ਰਹੀ। ਮਾਫ਼ ਕਰਨਾ, ਨਵਜੋਤ ਸਿੱਧੂ ਹੋਰਾਂ ਨੇ ਅੱਜ ਤੋਂ 10 ਸਵਾਲ ਪ੍ਰਧਾਨ ਮੰਤਰੀ ਦੇ ਸਾਹਮਣੇ ਰੱਖੇ ਹੋਏ ਨੇ 15 ਦਿਨ ਤੋਂ। ਉਹਦੇ ਵਿੱਚ ਸਭ ਤੋਂ ਵੱਡਾ ਸਵਾਲ ਹੈ ਐਨ ਟੀ ਪੀ ਸੀ ਦਾ, ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ। ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ 3.40 ਰੁਪਏ ਯੂਨਿਟ ਬਿਜਲੀ ਪ੍ਰਦਾਨ ਕਰ ਰਿਹਾ ਅਤੇ ਜਿਹੜਾ ਅੰਬਾਨੀਆਂ ਨੂੰ ਦਿੱਤਾ ਗਿਆ ਉਹ 5.40 ਰੁਪਏ ਦਿੱਤਾ ਗਿਆ। ਕਿਉਂ? ਬੀ ਐਸ ਐਨ ਐਲ ਖਤਮ ਹੋ ਗਿਆ, ਉਹਨਾਂ ਦਾ ਜੀਓ ਧੰਨ ਧੰਨ ਵੱਡੀ ਪੱਧਰ ਦੇ ਉੱਤੇ ਚੱਲ ਰਿਹਾ। ਜਿੰਨੀਆਂ ਸਰਕਾਰੀ ਸੰਸਥਾਵਾਂ ਨੇ ਸਾਰਿਆਂ ਦਾ ਭੋਗ ਪਾਤਾ। ਜੇ ਇਹ ਸਰਕਾਰ ਦੁਬਾਰਾ ਆ ਜਾਂਦੀ ਹੈ, ਜਿਹੜੀਆਂ ਬਾਕੀ ਸੰਸਥਾਵਾਂ ਰਹਿ ਗਈਆਂ ਉਹਨਾਂ ਦਾ ਭੋਗ ਪਾਉਣ ਅਤੇ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੋਵੇਗੀ। ਘੱਟ ਗਿਣਤੀਆਂ ਨੂੰ ਸਮਝ ਜਾਣਾ ਚਾਹੀਦਾ ਹੈਗਾ ਕਿ ਇਹਨਾਂ ਦਾ ਲੁਕਵਾਂ ਏਜੰਡਾ ਜਿਹੜਾ ਹੈਗਾ ਉਹ ਆਰ ਐਸ ਐਸ ਦਾ ਏਜੰਡਾ ਹੈਗਾ, ਉਸ ਦੇ ਉੱਤੇ ਹੀ ਇਹ ਪਹਿਰਾ ਦੇ ਰਹੇ ਨੇ। ਜਿਹੜੀ ਆਪਾਂ ਇਸ ਮੁਲਕ ਨੂੰ ਸੰਗਠਿਤ ਕਰਨ ਦੀ ਗੱਲ ਕਰਦੇ ਹਾਂ, ਮੈਂ ਸਮਝਦਾ ਕਿ ਉਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਖਤਰਾ ਹੋ ਜਾਵੇਗਾ, ਕਿਉਂਕਿ ਇਹ ਘੱਟ ਗਿਣਤੀਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਈ ਕੋਸ਼ਿਸ਼ ਕਰ ਰਹੇ। ਜਿਹੜੀ ਤੁਸੀਂ ਹੁਣ ਦੇਖਿਆ ਹੋਣਾ ਹੈ ਆਪਣੀਆਂ ਨਾਕਾਮੀਆਂ ਛੁਪਾਉਣ ਦੀ ਖਾਤਰ, ਬੇਅਦਬੀ ਕਾਂਡ ਦੀ ਤੁਸੀਂ ਗੱਲ ਕੀਤੀ, ਬੇਅਦਬੀ ਕਾਂਡ ਆਇਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਮਿਤ ਸ਼ਾਹ ਦਾ ਜਿਹੜਾ ਪਰਚਾ ਭਰਾਉਣ ਵਾਸਤੇ ਜਾਂਦੇ ਨੇ, ਮੋਦੀ ਜੀ ਦਾ ਪਰਚਾ ਭਰਾਉਣ ਵਾਸਤੇ ਜਾਂਦੇ ਨੇ ਗੁਜਰਾਤ ਦੇ ਵਿੱਚ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਜਿਹੜੀ 1964 ਦੇ ਵਿੱਚ ਜ਼ਮੀਨ ਖਰੀਦੀ ਸੀ ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਉਸ ਤੋਂ ਬਾਅਦ ਉਹਨਾਂ 'ਤੇ ਜੋ ਚੱਲਿਆ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਲਾਲ ਲਕੀਰਾਂ ਪਾ ਕੇ ਵੇਚ ਨਹੀਂ ਸਕਦੇ, ਕਰ ਨਹੀਂ ਸਕਦੇ। ਮੋਗੇ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਸੀ, ਉਸ ਵੇਲੇ ਤਾਂ ਇਹ ਮੁੱਖ ਮੰਤਰੀ ਹੁੰਦੇ ਸੀਗੇ ਗੁਜਰਾਤ ਦੇ, ਕਿ ਅਸੀਂ ਅਜਿਹਾ ਕੋਈ ਕਦਮ ਨਹੀਂ ਹੋਵਾਂਗੇ ਜਿਹਦੇ ਨਾਲ ਪੰਜਾਬੀ ਕਿਸਾਨਾਂ ਨੂੰ ਨੁਕਸਾਨ ਹੋਵੇਗਾ। ਬਿਲਕੁਲ ਬਿਲਕੁਲ ਸਾਰਿਆਂ, ਜਿਹੜੀ ਗੁਜਰਾਤ ਦੀ ਹਾਈ ਕੋਰਟ ਸੀ ਉਹਨਾਂ ਨੇ ਉਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਦਿੱਤਾ ਅਤੇ ਉਹਨਾਂ ਕਿਸਾਨਾਂ ਦੇ ਵਿਰੋਧ ਦੇ ਵਿੱਚ ਜਿਹੜੀ ਗੁਜਰਾਤ ਦੀ ਸਰਕਾਰ ਆ ਸੁਪਰੀਮ ਕੋਰਟ ਗਈ ਹੋਈ ਹੈ। ਬਿਲਕੁਲ, ਉਸ ਮਾਮਲੇ ਵਿੱਚ ਬਾਦਲ ਸਾਹਿਬ ਉੱਥੇ ਇੱਕ ਦਿਨ ਵੀ ਨਹੀਂ ਗਏ ਉਹਨਾਂ ਕਿਸਾਨਾਂ ਵਾਸਤੇ, ਲੇਕਿਨ ਭਾਈਵਾਲਾ ਦੇ ਕੋਲੇ ਜਾ ਪਹੁੰਚੇ। ਉਸੇ ਤਰ੍ਹਾਂ ਜਿਵੇਂ ਬੀਬੀ ਨੂੰ ਇਹਨਾਂ ਨੇ ਮੰਤਰੀ ਬਣਾਉਣਾ ਸੀ ਤੇ 10 ਦਿਨ ਦੁੰਨੇ ਪਿਓ ਪੁੱਤ ਗੁਜਰਾਤ ਦੇ ਵਿੱਚ ਮੋਦੀ ਸਾਹਿਬ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਰਹੇ। ਬਿਲਕੁਲ ਬਿਲਕੁਲ, ਉਸ ਵੇਲੇ ਸਟੇਟ ਕਿਤੇ ਨਜ਼ਰ ਨਹੀਂ ਆਉਂਦੀ। ਜਿਹੜੇ ਵਿਅਕਤੀਗਤ ਮੁੱਦੇ ਨੇ ਤੁਸੀਂ ਗੱਲ ਕੀਤੀ ਹੈ ਕਿ ਲੋਕ ਅਕਸਰ ਇਹ ਸਵਾਲ ਬਾਦਲ ਸਾਹਿਬ ਤੋਂ ਪੁੱਛਦੇ ਹੈ ਵੀ 1967 ਦੇ ਬਾਦਲ ਸਾਹਿਬ ਤੇ ਅੱਜ ਦਾ ਬਾਦਲ ਪਰਿਵਾਰ ਕਿੱਥੇ ਖੜਾ, 1967 ਦਾ ਪੰਜਾਬ ਤੇ ਅੱਜ ਦਾ ਪੰਜਾਬ ਕਿੱਥੇ ਖੜਾ, ਦੋਨਾਂ ਦਾ ਜਦੋਂ ਆਪਾਂ ਮੁਲਾਂਕਣ ਕਰਕੇ ਦੇਖਾਂਗੇ ਤਾਂ ਤੁਹਾਨੂੰ ਬਹੁਤ ਕੁਝ ਸਾਹਮਣੇ ਨਜ਼ਰ ਆ। ਬਿਲਕੁਲ ਬਿਲਕੁਲ, ਸੋ ਬਾਦਲ ਸਾਹਿਬ ਦੇ ਗੋਡੀਆਂ ਹੱਥ ਲਾ ਕੇ ਸ਼ਾਇਦ ਮੋਦੀ ਸਾਹਿਬ ਨੇ ਆਪਣੀ ਜਿਹੜੀ ਛਵੀ ਹੈ ਉਹ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ, ਕਿਤੇ ਨਾ ਕਿਤੇ ਘੱਟ ਗਿਣਤੀਆਂ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਸਤਿਕਾਰਤ ਸਰਦਾਰ ਸਿੱਖ ਬਜ਼ੁਰਗ ਦੇ ਪ੍ਰਧਾਨ ਮੰਤਰੀ ਪੈਰੀ ਹੱਥ ਲਾ ਰਿਹਾ। ਸੋ ਇੱਕ ਵਕਫਾ ਲਵਾਂਗੇ ਢਿੱਲੋਂ ਸਾਹਿਬ, ਵਕਫੇ ਤੋਂ ਬਾਅਦ ਫਿਰ ਸਵਾਗਤ ਰਹੇਗਾ। ਅਕਾਲ ਚੈਨਲ ਦੇ ਸਤਿਕਾਰਤ ਦਰਸ਼ਕਾਂ ਦਾ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਅਤੇ ਆਪਣੇ ਮੌਜੂਦ ਮਹਿਮਾਨ ਅਜੀਤ ਅਖਬਾਰ ਸਮੂਹ ਤੋਂ ਪਟਿਆਲਾ ਤੋਂ ਪ੍ਰਤੀਨਿਧ ਸਾਹਿਬ ਜਸਪਾਲ ਸਿੰਘ ਢਿੱਲੋਂ ਸਾਹਿਬ, ਸਵਾਗਤ ਆਪ ਜੀ ਦਾ। ਮਿਹਰਬਾਨੀ। ਅਤੇ ਆਪਣੇ ਦੂਸਰੇ ਮੌਜੂਦ ਮਹਿਮਾਨ ਸਾਬਕਾ ਉੱਚ ਅਧਿਕਾਰੀ ਸਰਦਾਰ ਕਪੂਰ ਸਿੰਘ ਫਾਊਂਡੇਸ਼ਨ ਨਾਲ ਵਾਸਤਾ ਸਾਹਿਬ ਪਰਮਜੀਤ ਸਿੰਘ ਜੀ, ਸਵਾਗਤ ਆਪ ਜੀ ਦਾ। ਅਤੇ ਸਾਹਿਬ ਪਰਮਜੀਤ ਸਿੰਘ ਜੀ, ਤੁਸੀਂ ਸਿੱਖ ਸੈਂਟੀਮੈਂਟਸ ਦੇ ਨਾਲ ਜੁੜੇ ਸੈਮੀਨਾਰ ਕਰਾਉਂਦੇ ਹੋ, ਸਰਦਾਰ ਕਪੂਰ ਸਿੰਘ ਫਾਊਂਡੇਸ਼ਨ ਦੇ ਰੂਹੇ ਰਵਾਂ ਹੋ। ਇਹ ਜਿਹੜਾ ਸਿੱਖਾਂ ਦਾ ਇੱਕ ਜਿਹੜੀ ਚਿਰਕੁਣੀ ਮੰਗ ਸੀ, ਕਪੂਰ ਸਾਹਿਬ ਨੇ ਵੀ ਆਪਣੀ ਸੱਚੀ ਸਾਖੀ 'ਚ ਲਿਖਿਆ ਕਿ ਸਿੱਖਾਂ ਨੂੰ ਭਾਰਤ ਸਰਕਾਰ ਨੇ ਜਰਾਇਮ ਪੇਸ਼ਾ ਕੌਮ ਐਲਾਨਿਆ, ਹਾਲਾਂਕਿ ਉਹ ਚੀਜ਼ ਭੰਬਲ ਭੂਸਾ ਵੀ ਉਹ ਕਿਉਂ ਐਲਾਨਿਆ ਜਾਂ ਕੀ ਕਾਰਨ ਹੈ ਉਹਦਾ ਕੋਈ ਦਸਤਾਵੇਜ਼ ਨਹੀਂ ਸਾਹਮਣੇ ਆ ਰਿਹਾ। ਇਸ ਦੌਰਾਨ ਜਿਹੜੇ ਸਿੱਖ ਸੰਘਰਸ਼ ਜਿਹੜਾ ਚੱਲਿਆ, ਉਸ ਦੌਰਾਨ ਬਹੁਤ ਸਾਰੇ ਸਿੱਖ ਨੇ ਜਿਹੜੇ ਉਹ ਬਲੈਕਲਿਸਟ ਕੀਤੇ ਗਏ, ਕਾਲੀਆਂ ਸੂਚੀਆਂ ਬਣੀਆਂ, ਜਿਨ੍ਹਾਂ 'ਚ ਕਈ ਬੰਦੇ ਅਪਰੋਚ ਨਾਲ ਆਪਣੇ ਆਪ ਨੂੰ ਕਢਵਾ ਵੀ ਜਾਂਦੇ ਸੀ, ਕਈ ਹੋਰ ਪਾ ਦਿੱਤੇ ਜਾਂਦੇ ਸੀ। ਐਨ ਆਰ ਆਈ ਸਿੱਖਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ। ਅਤੇ ਹੁਣ ਜਦੋਂ ਇਲੈਕਸ਼ਨ ਪੰਜਾਬ ਦੇ ਸਿਰ 'ਤੇ ਨੇ, ਅਤੇ ਇਸ ਦੌਰਾਨ ਕੱਲ੍ਹ ਜਿਹੜਾ ਬਿਆਨ ਆ ਜਾਂਦਾ ਹੈ ਕੇਂਦਰ ਸਰਕਾਰ ਦਾ ਕਿ ਸਿੱਖਾਂ ਦੀਆਂ ਸਾਰੀਆਂ ਕਾਲੀਆਂ ਸੂਚੀਆਂ ਸਮਾਪਤ ਕਰ ਦਿੱਤੀਆਂ, ਕੋਈ ਰਿਵਿਊ ਨਹੀਂ ਹੋਇਆ, ਕੋਈ ਪੜਤਾਲ ਨਹੀਂ ਹੋਈ ਕਿ ਭਾਈ ਇਹ ਜਿਹੜਾ ਕਾਲੀ ਸੂਚੀ 'ਚ ਪਾਇਆ ਗਿਆ ਸੀ ਇਸ ਨੇ ਸਾਜ਼ਿਸ਼ ਕੀ ਰਚੀ, ਕਿ ਵਾਕਈ ਇਹਨੇ ਕੋਈ ਜ਼ੁਰਮ ਕੀਤਾ, ਇਹ 'ਤੇ ਕੀ ਕਾਨੂੰਨ ਲਾਗੂ ਹੁੰਦਾ। ਇੱਕੋ ਝਟਕੇ ਸਾਰੇ ਸਾਫ਼ ਕਰ ਦਿੱਤੇ, ਇਹਦਾ ਮਤਲਬ ਕਿਸੇ 'ਤੇ ਕੋਈ ਜ਼ੁਰਮ ਹੀ ਨਹੀਂ ਸੀ। ਕੀ ਮਜਬੂਰੀ ਬਣੀ ਕਿ ਇਹ ਬਿਆਨ
केंद्र सरकार का आंदा किमें वेखते हो? 57 क लोग दसते हैं मनमोहन सिंह सरकार के वक्त कि 57 सिख ने जोड़े वो ब्लैकलिस्ट के ने, पर हूँ सारे राहत वक्ती तौर पर दे दी है, पर नोटिफिकेशन जारी होनी एक लम्मा प्रोसैस है, की है इस नीति के पिछे? जी साहब परमजीत सिंह जी। सर ये तो मैं पहले तो यही कहाँगा भी क्योंकि नोटिफिकेशन जारी नहीं होया हजे, इस करके उस बारे डिटेल च गल नहीं हजे कह सकता भी की कारण सी, पर इहदा एक सियासी कारण जिहड़ा लगता मैनू भी जिस होया होना, बिकॉज देखो जिहड़ी पंजाब जिहड़ी अकालियां दे भेस विच सियासत खेडी जा रही है सिखां नाल, उहदे नाल जुड़मा जुड़ के देखदे हां इस गल नूं भी जिहड़े रूलिंग पार्टी नूं एस्टैबलिश करना चाहुंदे ने सिखां दे विच, चाहुंदे ने स्थापित करना गुरद्वारियां दे विच ते राजनीति विच, ਉਹਨਾਂ ਦੇ ਕਿਤੇ ਵਿਰੋਧੀ ਜਿਹੜੇ ਹੋਣਗੇ ਉਹਨਾਂ ਦੇ ਨਾਂ 'ਤੇ ਕਿਤੇ ਪਾਏ ਹੋਣਗੇ ਹੁਣ, ਕਿਉਂਕਿ ਇਹਨਾਂ ਦੇ ਵਿੱਚ ਕਿਉਂਕਿ ਉਹ ਜਿਹੜੀ ਕ੍ਰੈਡੀਬਿਲਿਟੀ ਕ੍ਰਾਈਸਿਸ ਆਇਆ ਹੋਇਆ ਹੈ, ਕਿਉਂਕਿ ਉਹ ਬਰਗਾੜੀ ਕਾਂਡ ਕਰਕੇ ਜਾਂ ਬਹਿਬਲ ਕਲਾਂ ਦੇ ਉਹ ਬੇਅਦਬੀ ਕਾਂਡ ਕਰਕੇ, ਅਤੇ ਉਸ ਨੂੰ ਇਹਨਾਂ ਨੇ ਦੇਖਿਆ ਹੁਣ ਵੀ ਇੱਕ ਸ਼ਾਇਦ ਇਹ ਮਾਰਕਾ ਸਾਡੇ ਨਾਲ ਚੱਲ ਸਕਦਾ ਵੀ ਇਹਨਾਂ ਦੀ। ਦੇਖੋ ਸੈਂਟਰ ਦੇ ਵਿੱਚ ਤਾਂ ਦੈਟ ਮੀਨਸ ਇੱਥੋਂ ਇੱਕ ਗੰਢ ਸੰਢ ਤਾਂ ਹੈਗੀ ਹੈ ਵੀ ਜੇ ਇੱਕ ਦੇਖੋ ਜਿਹੜਾ ਮਾਡਲ ਕੋਡ ਆਫ ਕੰਡਕਟ ਹੈਗਾ ਉਹ ਸਿਰਫ ਚੋਣ ਸੰਬੰਧੀ ਗਤੀਵਿਧੀਆਂ 'ਤੇ ਹੀ ਲਾਗੂ ਹੁੰਦਾ, ਪੁਲਿਸ ਦੀ ਤਫਤੀਸ਼ 'ਤੇ ਲਾਗੂ ਨਹੀਂ ਹੁੰਦਾ ਸੀ। ਜੇ ਉਹ ਉਹਨੂੰ ਓਵਰਲੁੱਕ ਕਰਕੇ ਵੀ ਕਮਿਸ਼ਨ ਨੇ ਕਿਹਾ ਵੀ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਹਟਾ ਦਿੱਤਾ ਜਾਵੇ ਜਿਹਨੂੰ ਐਲਰਜੀ ਸੀ ਤੁਹਾਨੂੰ, ਸੋ ਮਤਲਬ ਸਾਰੀਆਂ ਗੱਲਾਂ ਇਹਨਾਂ ਦੇ ਕਹਿਣ 'ਤੇ। ਪਰ ਚੋਣ ਜ਼ਾਬਤੇ ਦੇ ਦੌਰਾਨ ਕੀ ਸਾਹ ਸਾਹਿਬ ਇੱਦਾਂ ਦੇ ਬਿਆਨਾਤ ਮਤਲਬ ਵਾਜਬ ਨੇ ਜਾਂ ਇਹਨਾਂ ਨੂੰ ਚੁਣੌਤੀ ਨਹੀਂ ਦਿੱਤੀ ਜਾਏਗੀ ਜਾਂ? ਸਰ ਚੁਣੌਤੀ ਤਾਂ ਹੁੰਦੀ ਹੈ ਜੇ ਚੁਣੌਤੀ ਕੋਈ ਸੁਣਨ ਵਾਲਾ ਹੋਵੇ। ਮੈਂ ਸਰ ਪਾਲਕੀ ਵਾਲਾ ਸਾਹਿਬ ਬਹੁਤ ਵੱਡੇ ਕਾਨੂੰਨਦਾਨ ਇੱਥੇ ਹਿੰਦੁਸਤਾਨ ਦੇ ਹੋਏ ਨੇ, ਹੁਣ ਤਾਂ ਸਾਡੇ ਦਰਮਿਆਨ ਨਹੀਂ ਰਹੇ, ਪਰ ਉਹਨਾਂ ਦੇ ਲੈਵਲ ਦਾ ਕੋਈ ਸਕਾਲਰ ਹਜੇ ਕੋਈ ਪੈਦਾ ਵੀ ਨਹੀਂ ਹੋਇਆ। ਉਹ ਇੱਕ ਗੱਲ ਮੈਂ ਕਿਤਾਬ ਪਿੱਛੇ ਜੇ ਪੜ੍ਹਦਾ ਸੀ, ਉਹ ਕਹਿੰਦੇ ਵੀ ਜੇ ਤੁਸੀਂ ਪੂਰਾ ਚੈਪਟਰ ਵੀ ਲਿਖੋ ਕਿਸੇ ਮਨੁੱਖੀ ਅਧਿਕਾਰਾਂ ਬਾਰੇ, ਫੰਡਾਮੈਂਟਲ ਰਾਈਟਸ ਬਾਰੇ ਲਿਖੋ, ਉਹ ਜਿੰਨਾ ਵਿਧਾਨ ਦੇ ਵਿੱਚ ਲਿਖ ਦਿਓ, ਉਹ ਜਿਹੜੀ ਹੈਗੀ ਆ ਕਿਸੇ ਗਰੰਟੀ ਨਹੀਂ ਦੇ ਸਕਦੀ ਕਿਸੇ ਨੂੰ ਵੀ ਇਹ ਰਾਈਟਸ ਮਿਲਣਗੇ। ਰਾਈਟਸ ਤਾਂ ਐਕਸਰਸਾਈਜ਼ ਹੋਣਗੇ ਜੇ ਸੁਪਰੀਮ ਕੋਰਟ ਦੇ ਵਿੱਚ ਦਮ ਹੋਏਗਾ, ਜੇ ਜੱਜ ਓਵਰ ਸੁਪਰਸੀਡ ਹੋਣਗੇ ਜਾਂ ਜੱਜਾਂ ਦਾ ਮਿਆਰ ਘਟੇਗਾ ਤਾਂ ਫਿਰ ਗਰੰਟੀ ਹਿਊਮਨ ਰਾਈਟਸ ਦੀ, ਮਨੁੱਖੀ ਅਧਿਕਾਰਾਂ ਦੀ, ਜਿਹੜੇ ਬੁਨਿਆਦੀ ਹੱਕਾਂ ਦੀ ਕੋਈ ਦੇ ਨਹੀਂ ਸਕਦਾ ਜੀ। ਸਰ ਜੇ ਮਤਲਬ ਸ਼ਾਇਦ ਲੱਗਦਾ ਕਿ ਤੁਹਾਨੂੰ ਕਿ ਇਹਦਾ ਸਿਆਸੀ ਮਾਇਲੇਜ ਜ਼ਰੂਰ ਮਿਲੇਗਾ, ਪਰ ਇੱਕ ਜਾਇਜ਼ ਮੰਗ ਹੈ ਜਿਹੜੀ ਬੜੀ ਦੇਰੀ ਦੇ ਨਾਲ ਜਿਹੜੀ ਪੂਰੀ ਹੋਈ ਹੈ ਸਿੱਖ ਸਮਾਜ ਦੀ ਜੀ। ਪਰ ਇਸ ਦੇ ਨਾਲ ਨਾਲ ਜਿਹੜੀ ਦੂਸਰੀ ਗੱਲ ਜਿਸ ਨੂੰ ਲੈ ਕੇ ਸੰਘਰਸ਼ ਵੀ ਚੱਲਿਆ ਸੂਰਜ ਸਿੰਘ ਹੋਰਾਂ ਦਾ, ਖਾਲਸਾ ਜੀ ਦਾ ਜਾਂ ਗੁਰਚਰਨ ਸਿੰਘ ਹੋਰਾਂ ਦਾ, ਇੱਕ ਚਿਰੋਕਣੀ ਮੰਗ ਵੀ ਰਹੀ ਹੈ ਕਿ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀ ਨੇ ਉਹ ਰਿਹਾ ਕੀਤੇ ਜਾਣ, ਉਸ ਪਾਸੇ ਨਹੀਂ ਕੰਮ ਕੀਤਾ ਗਿਆ? ਦੇਖੋ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਸ ਵੇਲੇ ਚੋਣਾਂ ਦਾ ਅਖਾੜਾ ਚੱਲਿਆ ਹੋਇਆ ਹੈਗਾ, ਉਹਨਾਂ ਨੇ ਹਰ ਮਾਮਲੇ ਨੂੰ ਸਿਆਸਤ ਦੀ ਨਜ਼ਰ ਦੇ ਨਾਲ ਦੇਖਣਾ ਹੈਗਾ ਕਿ ਸਾਨੂੰ ਫਾਇਦਾ ਕਿਸ ਰੂਪ ਦੇ ਵਿੱਚ ਹੋ ਸਕਦਾ, ਕਿਸ ਰੂਪ ਦੇ ਵਿੱਚ ਨਹੀਂ ਹੋ ਸਕਦਾ। ਜਿਹੜੀ ਗੱਲ ਪਰਮਜੀਤ ਸਿੰਘ ਹੋਰਾਂ ਨੇ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਅਜੇ ਕੋਈ ਨੋਟੀਫਿਕੇਸ਼ਨ ਅਤੇ ਸੂਚਨਾ ਜਾਰੀ ਨਹੀਂ ਹੋਈ, ਉਸ ਤੋਂ ਬਾਅਦ ਅਸੀਂ ਦੇਖਾਂਗੇ। ਉਹਦੇ 'ਤੇ ਲੱਗ ਵੀ ਮੈਨੂੰ ਲੱਗਦਾ ਮਹੀਨਾ ਦੋ ਮਹੀਨੇ ਲੱਗ ਜਾਣੇ ਆ, ਇਲੈਕਸ਼ਨ ਤੋਂ ਬਾਅਦ ਹੀ ਜਾ ਕੇ ਕਿਤੇ ਜਾਰੀ ਹੋਣੀ ਹੈ, ਜਾਰੀ ਹੋਣੀ ਵੀ ਹੈ ਕਿ ਨਹੀਂ ਹੋਣੀ, ਇਹ ਮੌਜੂਦਾ ਸਰਕਾਰ ਦੁਬਾਰਾ ਸੱਤਾ 'ਚ ਆਉਂਦੀ ਹੈ ਜਾਂ ਬਦਲ ਕੇ ਸਰਕਾਰ ਆਉਂਦੀ ਹੈ, ਜੇ ਮੌਜੂਦਾ ਆਉਂਦੀ ਹੈ ਕੀ ਉਹ ਇਸ ਸਟੈਂਡ 'ਤੇ ਕਾਇਮ ਰਹਿੰਦੇ ਨੇ ਜਾਂ ਜਿਹੜੇ ਨਵੇਂ ਆਉਣਗੇ ਉਹ ਇਸ ਨੂੰ ਕਿਸ ਰੂਪ ਦੇ ਵਿੱਚ ਦੇਖਣਗੇ, ਇਹ ਤਾਂ ਉਸ ਵੇਲੇ ਦੇਖਿਆ ਜਾਏਗਾ। ਲੇਕਿਨ ਇਹ ਮੰਗ ਤੁਹਾਡੀ ਗੱਲ ਦਰੁਸਤ ਆ ਕਿ ਬਹੁਤ ਪੁਰਾਣੀ ਹੈ, ਇਸ 'ਤੇ ਪਹਿਲਾਂ ਹੀ ਰਿਵਿਊ ਹੋ ਕੇ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਸੀ। ਪਰ ਟਵਾਣਾ ਸਾਹਿਬ ਇਸ ਮੁਲਕ ਦੇ ਵਿੱਚ ਘੱਟ ਗਿਣਤੀਆਂ ਦੀਆਂ ਕੁਝ ਅਜਿਹੀਆਂ ਮੰਗਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਰਕਾਰਾਂ ਨੇ ਲਮਕਾ ਕੇ ਰੱਖਣਾ ਹੁੰਦਾ ਹੈ। ਦੰਗੇ ਹੋਏ 1984 ਦੇ ਵਿੱਚ, ਘੱਟ ਮਤਲਬ ਸਾਰੇ ਸਿੱਖ ਤਾਂ ਨਹੀਂ ਉਹਦੇ ਵਿੱਚ ਜਿਹੜੇ ਦੋਸ਼ੀ ਬਣ ਗਏ, ਜਿਵੇਂ 3000 ਤੋਂ ਵੱਧ ਜਿਹੜਾ ਹੈਗਾ ਇਕੱਲਾ ਦਿੱਲੀ ਦੇ ਵਿੱਚ ਜਿਹੜਾ ਹੈਗਾ ਸਿੰਘਾਂ ਨੂੰ ਮਾਰ ਦਿੱਤਾ ਗਿਆ ਹੈਗਾ। ਜੇ ਆਪਾਂ ਹਿੰਦੂਆਂ ਦੀ ਗੱਲ ਕਰੀਏ, ਕੋਈ ਹਿੰਦੂ ਇੱਕ ਨੱਥੂ ਰਾਮ ਗੌਡਸੇ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਕਿ ਸਾਰਾ ਹਿੰਦੂ ਹੀ ਜਿਹੜਾ ਹੈਗਾ ਉਹ ਕਤਲਾਂ ਦਾ ਬਣ ਗਿਆ, ਮੁਸਲਮਾਨਾਂ ਦੇ ਵਿੱਚ ਕੁਛ ਲੋਕਾਂ ਨੇ ਕੀਤਾ ਤਾਂ ਸਾਰੇ ਮੁਸਲਮਾਨ ਉਸ ਰੱਸੇ ਨਹੀਂ ਬਲਿੱਟਦੇ ਨੇ ਚਾਹੀਦੇ ਸਾਨੂੰ, ਕਿਉਂਕਿ ਅਸੀਂ ਰਾਜ ਕਰਨਾ ਹੈਗਾ, ਰਾਜ ਕਰਨ ਦੇ ਵਾਸਤੇ ਕਿਹੜਾ ਮਾਰਕਾ ਵੱਜ ਸਕਦਾ, ਉਸ ਪਾਸੇ ਨੂੰ ਜਾਈਏ। ਲੋਕਾਂ ਦੇ ਮਨਾਂ ਦੇ ਵਿੱਚ ਅਜੇ ਤੱਕਰ ਪੁਲਵਾਮਾ ਵੀ ਜਿਹੜਾ ਹੈਗਾ ਉਹ ਨਹੀਂ ਉਤਰਦਾ, ਕਿਉਂਕਿ ਉਸ ਵੇਲੇ ਦੇ DGP ਸਾਹਿਬ ਨੇ ਜਿਹੜਾ ਹੈਗਾ ਬਿਲਕੁਲ ਗ੍ਰਹਿ ਡਿਪਾਰਟਮੈਂਟ ਨੂੰ ਇਹ ਲਿਖ ਕੇ ਭੇਜਿਆ ਸੀ ਕਿ ਸਾਨੂੰ ਆਗਿਆ ਦਿਓ, ਮੌਸਮ ਬੜਾ ਖਰਾਬ ਆ, ਬਰਫ਼ ਬੜੀ ਪਈ ਹੋਈ ਹੈ, ਇਹਨਾਂ ਨੂੰ ਬਾਈ ਏਅਰਲਿਫਟ ਕਰਨ ਦੀ ਆਗਿਆ ਦਿੱਤੀ ਜਾਵੇ। ਉਹ ਆਗਿਆ ਕਿਹਨੇ ਦੇਣੀ ਸੀ? ਕੇਂਦਰ ਸਰਕਾਰ ਨੇ। ਕੇਂਦਰ ਸਰਕਾਰ ਕਿਹਦੀ ਹੈ? ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ ਦੀ। ਉਹ ਚੀਜ਼ ਨੂੰ ਲੈ ਕੇ ਛੱਡ ਰਹੇ ਨੇ, ਇਹ ਵੀ ਸਪਸ਼ਟ ਕਰ ਦਿਓ ਵੀ ਤੁਸੀਂ ਆਗਿਆ ਕਿਉਂ ਨਹੀਂ ਦਿੱਤੀ ਸੀਗੀ। ਮਤਲਬ ਜਿਹੜੀਆਂ ਇਸ ਹੁਕਮਰਾਨ ਧਿਰਾਂ ਹੁੰਦੀਆਂ ਨੇ ਇਹਨਾਂ ਨੂੰ ਜੋ ਚੀਜ਼ ਉਹਨਾਂ ਦੀ ਰਾਜਸੀ ਕੁਰਸੀ ਤੱਕ ਪਹੁੰਚਾ ਦੇਵੇ ਉਹਨਾਂ ਨੇ ਉਸੇ ਨੂੰ ਦੇਖਣਾ ਹੁੰਦਾ ਹੈ। ਮੈਂ ਬਹੁਤ ਵਾਰੀ ਗੱਲ ਕਰਦਾ ਹੁੰਦਾ ਕਿ ਇਹ ਲੋਕ 9 ਪਾਈ ਬੈਠੇ ਹੁੰਦੇ ਨੇ, ਉਹਨਾਂ ਨੂੰ 9 ਨਜ਼ਰ ਆਉਂਦਾ ਜਿਹੜਾ ਜਨਤਾ ਨੂੰ 6 ਨਜ਼ਰ ਆਉਂਦਾ।
ਇਸ ਕਰਕੇ ਇਹਨਾਂ ਨੇ ਉਸ ਤਰ੍ਹਾਂ ਦੀ ਗੱਲ ਕਰੀ ਜਿਵੇਂ ਤੁਸੀਂ ਆਪਾਂ ਗੱਲ ਚੋਣ ਕਮਿਸ਼ਨ ਦੀਆਂ ਸ਼ਕਤੀਆਂ ਦੀ ਕੀਤੀ, ਅੱਜ ਸੁਣਵਾਈ ਹੈ ਕਾਂਗਰਸ ਨੇ ਇਸ ਮਾਮਲੇ ਨੂੰ ਲੈ ਕੇ ਅਤੇ ਹੋਰਨਾਂ ਪਾਰਟੀਆਂ ਨੇ ਸੁਪਰੀਮ ਕੋਰਟ ਜਾਣਾ ਪਿਆ। ਸੁਪਰੀਮ ਕੋਰਟ ਕਿਉਂ ਜਾਣਾ ਪਿਆ? ਕਿਉਂਕਿ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ, ਪ੍ਰਧਾਨ ਮੰਤਰੀ ਤੇ ਨਹੀਂ ਕਰ ਰਿਹਾ। ਅੱਛਾ, ਪੰਜਾਬ ਦੀ ਇਲੈਕਸ਼ਨ ਦੀਆਂ ਸੀਟਾਂ ਦੇ ਥੋੜ੍ਹੀ ਜਾਂਦੇ ਜਾਂਦੇ ਢਿੱਲੋਂ ਸਾਹਿਬ ਨਜ਼ਰ ਮਾਰੀਏ। ਬੀਬੀ ਖਾਲੜਾ ਦੀ ਸੀਟ, ਬਠਿੰਡਾ ਹੌਟ ਸੀਟ ਹੈ, ਪਟਿਆਲਾ ਸੀਟ ਹੈ, ਇਹ ਕੁਛ ਤਾਂ ਸੈਂਸਿਟਿਵ ਵੀ ਐਲਾਨੀਆਂ ਨੇ, ਸੰਵੇਦਨਸ਼ੀਲ ਐਲਾਨੀਆਂ ਨੇ। ਪੰਜਾਬ ਦੀਆਂ ਕਿਹੜੀਆਂ ਕਿਹੜੀਆਂ ਸੀਟਾਂ 'ਤੇ ਕੀ ਪੁਜੀਸ਼ਨ ਵੇਖਦੇ ਹੋ? ਬਠਿੰਡਾ ਦੇਖੋ, ਇਸ ਵੇਲੇ ਜੇ ਆਪਾਂ ਗੱਲ ਕਰੀਏ ਟਵਾਣਾ ਸਾਹਿਬ, ਅੱਜ ਦੀ ਸਥਿਤੀ ਦੇ ਵਿੱਚ ਆਪਾਂ ਕਿਸੇ ਬਾਰੇ ਸਪਸ਼ਟ ਕੋਈ ਗੱਲ ਨਹੀਂ ਕਹਿ ਸਕਦੇ, ਕਿਉਂਕਿ ਚੋਣ ਪ੍ਰਚਾਰ ਹੁਣ ਸ਼ੁਰੂ ਹੋਇਆ ਹੈਗਾ। ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਬਾਅਦ ਇਹ ਕੁਛ ਕੋਈ ਸ਼ੱਕ ਨਹੀਂ, ਬਠਿੰਡਾ, ਫਿਰੋਜ਼ਪੁਰ ਅਤੇ ਜਿਹੜੀ ਤੁਹਾਡੀ ਬੀਬੀ ਖਾਲੜਾ ਵਾਲੀ ਹੈ, ਖਾਲੜਾ ਨੂੰ ਸਾਰੇ ਬੰਦੇ ਕਹਿ ਰਹੇ ਨੇ ਸਲਾਮ ਸਲਾਮ ਸਲਾਮ। ਖੁਦ ਖਹਿਰੇ ਹੋਰਾਂ ਨੇ ਕਿਹਾ ਸੀਗਾ, ਜਿਨ੍ਹਾਂ ਨੇ ਉਸ ਨੂੰ ਐਲਾਨ ਕੀਤਾ ਹੈਗਾ ਕਿ ਅਸੀਂ ਤੁਸੀਂ ਸਾਰੇ ਜਣੇ ਸਾਂਝੇ ਤੌਰ ਦੇ ਵਿੱਚ ਆ ਜਾਓ। ਜਦੋਂ ਦੂਜਿਆਂ ਨੇ ਕਿਹਾ ਵੀ ਇਹਨੂੰ ਸਾਂਝਾ ਉਮੀਦਵਾਰਾਂ ਲਾਣ ਲਓ, ਤੁਸੀਂ ਆਪਦੀ ਪਾਰਟੀ ਦਾ ਖਹਿੜਾ ਛੱਡੋ, ਉਸ ਗੱਲ ਤੋਂ ਖਹਿੜਾ ਸਾਹਿਬ ਭੱਜ ਗਏ। ਜੇ ਤੁਸੀਂ ਬੀਬੀ ਜਸਵੰਤ ਸਿੰਘ ਖਾਲੜਾ, ਜਸਵੰਤ ਸਿੰਘ ਖਾਲੜਾ ਦੀ ਕੋਈ ਛੋਟੀ ਕੁਰਬਾਨੀ ਨਹੀਂ ਹੈਗੀ, ਉਹਨਾਂ ਨੇ 25,000 ਦੇ ਕਰੀਬ ਅਨਆਡੈਂਟੀਫਾਈਡ, ਅਣਪਛਾਤੀਆਂ ਵਿਅਕਤੀਆਂ ਦੀਆਂ ਲਿਸਟਾਂ ਤਿਆਰ ਕੀਤੀਆਂ ਸੀ, ਜਿਨ੍ਹਾਂ ਨੂੰ ਪੁਲਿਸ ਨੇ ਅਣਪਛਾਤੇ ਕਹਿ ਕੇ ਮਾਰ ਦਿੱਤਾ। ਉਸ ਕੇਸ ਦੇ ਵਿੱਚ ਬਹੁਤ ਸਾਰੇ ਬੰਦਿਆਂ ਨੂੰ ਸਜ਼ਾਵਾਂ ਵੀ ਹੋਈਆਂ, ਜਿਹਦੇ ਵਿੱਚ KPS ਗਿੱਲ ਉਸ ਵੇਲੇ ਦੇ ਜਿਹੜੇ ਪੰਜਾਬ ਪੁਲਿਸ ਮੁਖੀ ਸੀ ਉਹਨਾਂ ਦਾ ਨਾਂ ਬੋਲਦਾ ਸੀ। ਅਜੀਤ ਸਿੰਘ ਸੰਧੂ ਬਾਰੇ ਅਜੇ ਤੱਕ ਇਹ ਨਹੀਂ ਪਤਾ ਕਿ ਉਹ ਜਿਉਂਦੇ ਨੇ ਜਾਂ ਗੱਡੀ ਥੱਲੇ ਆ ਗਏ ਸੀ, ਲੋਕਾਂ ਵਾਰ ਬਾਅਦ ਦੇ ਵਿੱਚ ਚੱਲਿਆ ਕਿ ਉਹ ਵਿਦੇਸ਼ਾਂ ਦੇ ਵਿੱਚ ਭੇਸ ਬਦਲਾ ਕੇ ਤੁਰੇ ਫਿਰਦੇ ਨੇਗੇ। ਕੁਝ ਬੰਦਿਆਂ ਨੂੰ ਉਸ ਕੇਸ ਦੇ ਵਿੱਚ ਖਾਲੜਾ ਕੇਸ ਆਪਣੇ ਪਟਿਆਲੇ ਹੀ ਉਸ ਵੇਲੇ CBI ਦੀ ਅਦਾਲਤ ਹੁੰਦੀ ਸੀ, ਜਿਹਦੇ ਵਿੱਚ ਸਜ਼ਾਵਾਂ ਚੱਲਦੀਆਂ ਹੈਗੀਆਂ ਨੇ, ਲੰਬੇ ਪ੍ਰੋਸੈਸ ਦੇ ਵਿੱਚ ਗਏ। ਜੇ ਉਸ ਪੱਖ ਤੋਂ ਦੇਖਿਆ ਜਾਵੇ ਤਾਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਾਂ ਤਾਂ ਸਾਰੇ ਜਣੇ ਅਡੋਪਟ ਕਰਦੇ, ਪਰ ਕੁਝ ਰਾਜਸੀ ਧਿਰਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੀਆਂ ਰਾਜਸੀ ਮਜਬੂਰੀਆਂ ਨੇ, ਉਹ ਉਸ ਨੂੰ ਅਡੋਪਟ ਨਹੀਂ ਕਰ ਸਕਦੇ। ਜਿਵੇਂ ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ ਗੱਲ ਪੰਥ ਦੀ ਕਰਦਾ ਅਤੇ ਸਾਂਝ ਕਿਹਦੇ ਨਾਲ ਪਾਈ ਵੀ ਹੈ? ਜਿਨ੍ਹਾਂ ਨੇ ਇਹ ਕਿਹਾ ਸੀ ਕਿ ਇੰਦਰਾ ਗਾਂਧੀ ਤਾਂ ਦਰਬਾਰ ਸਾਹਿਬ 'ਤੇ ਅਟੈਕ ਨਹੀਂ ਕਰਦੀ ਸੀ, ਅਸੀਂ ਕਰਾਇਆ, ਅਸੀਂ ਕਹਿ ਕੇ ਕਰਾਇਆ ਕਿ ਤੈਨੂੰ ਇਹ ਕਰਨਾ ਚਾਹੀਦਾ, ਉਹਨਾਂ ਦੇ ਨਾਲ ਸਾਂਝ ਪਾਈ ਹੋਈ ਹੈ। ਉਹਨਾਂ ਦੀਆਂ ਨਜ਼ਰਾਂ ਪੰਜਾਬ 'ਚ ਹੋਰ ਨੇ, ਜਦੋਂ ਉਹ ਬਾਹਰ ਜਾਂਦੇ ਨੇ ਤਾਂ ਹੋਰ ਬਣ ਜਾਂਦੀਆਂ ਨੇ। ਅਨੰਦਪੁਰ ਸਾਹਿਬ ਦਾ ਮਤਾ ਆਇਆ, ਅਨੰਦਪੁਰ ਸਾਹਿਬ ਦੇ ਵੱਧ ਅਧਿਕਾਰ ਮੰਗੇ, ਵੱਧ ਅਧਿਕਾਰ ਦੇ ਵਿੱਚ ਚੰਡੀਗੜ੍ਹ ਦਾ ਪੰਜਾਬ ਵਾਸਤੇ ਆਇਆ ਵੀ ਚੰਡੀਗੜ੍ਹ ਪੰਜਾਬ ਦਾ ਹੋਣਾ ਚਾਹੀਦਾ, ਪਾਣੀਆਂ ਦਾ ਮਸਲਾ ਆਇਆ ਤਾਂ ਹੁਣ 10 ਸਾਲ ਬਾਦਲ ਸਾਹਿਬ ਦੀ ਸਰਕਾਰ ਪੰਜਾਬ ਦੇ ਵਿੱਚ ਰਹੀ, ਕਾਂਗਰਸ ਤਾਂ ਉਹਨਾਂ ਦੀ ਮਤਰੇਈ ਮਾਂ ਵਾਲੀ ਸੀ। 5 ਸਾਲ ਤੋਂ ਮੋਦੀ ਸਾਹਿਬ ਜਿਨ੍ਹਾਂ ਦੇ ਗੁਣ ਗਾਉਂਦੇ ਫਿਰਦੇ ਨੇ ਕਿ ਮੋਦੀ ਸਾਹਿਬ ਦੇ ਸੱਤੇ ਅਸੀਂ ਦੁਬਾਰਾ ਸੱਤਾ ਦੇ ਵਿੱਚ ਆ ਜਾਣਾ ਹੈਗਾ, ਕੀ ਮੋਦੀ ਸਾਹਿਬ ਨੇ ਪੰਜਾਬ ਦੇ ਪਾਣੀਆਂ ਦਾ ਹੱਲ ਕੀਤਾ? ਗੁਆਂਢੀ ਸੂਬਾ ਰਾਜ BJP ਦੀ ਸਰਕਾਰ, ਹਿਮਾਚਲ ਦੇ ਵਿੱਚ BJP ਦੀ ਸਰਕਾਰ, ਰਾਜਸਥਾਨ ਦੇ ਵਿੱਚ BJP ਦੀ ਸਰਕਾਰ, ਅਤੇ ਕੇਜਰੀਵਾਲ ਤੋਂ ਪਹਿਲਾਂ ਦਿੱਲੀ ਦੇ ਵਿੱਚ ਵੀ ਤਾਂ ਜਿਹੜੀ ਸਰਕਾਰ ਆ ਉਹ ਇਹਨਾਂ ਦੇ ਭਾਈਵਾਲਾਂ ਦੀ ਰਹੀ ਹੈਗੀ। ਤਾਂ ਕੀ ਕਾਰਨ ਹੈ ਕਿ ਇਹਨਾਂ ਨੇ ਉਸ ਮਸਲਿਆਂ ਨੂੰ ਨਹੀਂ ਉਠਾਇਆ? ਇਹਨਾਂ ਲੋਕਾਂ ਨੇ ਟਵਾਣਾ ਸਾਹਿਬ ਆਪਦੇ ਰਾਜਸੀ ਹਿੱਤਾਂ ਦੇ ਲਈ, ਅਨੰਦਪੁਰ ਸਾਹਿਬ ਦਾ ਮਤਾ ਚੋਣਾਂ ਦੇ ਵੇਲੇ ਆਉਂਦਾ, 1984 ਦੇ ਦੰਗਿਆਂ ਦਾ ਮਤਾ ਇਹ ਚੋਣਾਂ ਦੇ ਵੇਲੇ ਲਿਆਉਂਦੇ ਨੇ, ਅੱਗੇ ਪਿੱਛੇ ਇਹਨਾਂ ਨੂੰ ਕੋਈ ਨਜ਼ਰ ਨਹੀਂ ਆਉਂਦਾ, ਕੋਈ ਮਰੇ ਭਾਵੇਂ ਜੀਏ ਸੁਥਰਾ ਘੋਲ ਪਤਾਸੇ ਪੀਏ, ਪੰਜਾਬ ਦਾ ਜੋ ਬੇੜਾ ਗਰਕ ਹੋ ਗਿਆ ਉਸ ਪਾਸੇ ਵੱਲ ਕਿਸੇ ਦਾ ਧਿਆਨ ਨਹੀਂ, ਨਾ ਉਸ ਪਾਸੇ ਵੱਲ ਜਾਣ, ਕਿਉਂਕਿ ਨਾ ਤਾਂ ਇਹਨਾਂ ਦੇ ਬੱਚੇ ਨੇ ਪੰਜਾਬ ਦੀ ਧਰਤੀ ਦੇ ਵਿੱਚ ਪੜ੍ਹਨਾ ਹੈ, ਨਾ ਇਹਨਾਂ ਦੇ ਬੱਚੇ ਨੇ ਪੰਜਾਬ ਦੀ ਧਰਤੀ 'ਤੇ ਰਾਜ ਕਰਾਉਣਾ। ਰਾਜ ਤਾਂ ਕਰਨਾ, ਖੈਰ ਨਹੀਂ ਨਹੀਂ ਇਲਾਜ ਨਾ, ਮੈਂ ਕਹਿ ਰਿਹਾ ਵੀ ਨਾ ਤਾਂ ਪੰਜਾਬ ਦੀ ਧਰਤੀ ਦੇ ਵਿੱਚ ਇਹਨਾਂ ਦੇ ਬੱਚੇ ਨੇ ਕੋਈ ਇਲਾਜ ਕਰਾਉਣਾ, ਨਾ ਇੱਥੇ ਪੜ੍ਹਨਾ ਹੈ, ਰਾਜ ਜ਼ਰੂਰ ਕਰਨਾ ਹੈਗਾ। ਤਾਂ ਇਹਨਾਂ ਨੇ ਜਦੋਂ ਇਹ ਸਾਰਾ ਕੁਛ ਇੱਥੇ ਕਰਨਾ ਹੀ ਨਹੀਂ ਹੈਗਾ, ਇੱਥੇ ਆਮ ਲੋਕਾਂ ਨੇ ਆਉਣਾ, ਆਮ ਲੋਕ ਅੱਜ ਸਿਹਤ ਸਹੂਲਤਾਂ ਲਈ ਤਰਸ ਰਿਹਾ, ਆਮ ਲੋਕ ਅੱਜ ਇੱਥੇ ਸਿੱਖਿਆ ਸੰਸਥਾਵਾਂ ਲਈ ਤਰਸ ਰਿਹਾ, ਸਿੱਖਿਆ ਦੇ ਮਿਆਰ ਲਈ ਤਰਸ ਰਿਹਾ, ਉਸ ਵੇਲੇ ਤੁਸੀਂ ਜਦੋਂ ਆ ਕੇ ਦੇਖੋਗੇ ਤਾਂ ਉਹ ਪੰਜਾਬ ਲੱਗਦਾ ਹੀ ਨਹੀਂ ਹੈ ਕਿ ਜਿਨ੍ਹਾਂ ਨੇ ਕੁਰਬਾਨੀ ਕਰਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਸੀ। ਤਾਂ ਤੁਹਾਨੂੰ ਯਾਦ ਹੈ ਕਿ ਜਿਸ ਡਾਕਟਰ ਮੁਹੰਮਦ ਇਕਬਾਲ ਨੇ ਕਿਹਾ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬਲੇ ਹੈ ਇਸਕੀ ਜੇ ਗੁਲਸਤਾਂ ਹਮਾਰਾ, ਉਸੇ ਡਾਕਟਰ ਮੁਹੰਮਦ ਇਕਬਾਲ ਨੂੰ ਫਿਰ ਕਹਿਣਾ ਪੈ ਗਿਆ ਸੀ, ਸ਼ਰਮ ਸੀ ਆਤੀ ਹੈ ਵਤਨ ਕੋ ਵਤਨ ਕਹਿਤੇ। ਜੀ ਜੀ, ਪਰਮਜੀਤ ਸਿੰਘ ਜੀ, ਸੰਖੇਪ 'ਚ ਮੈਂ ਜਾਣਨਾ ਚਾਹਾਂਗਾ ਜਾਂਦੇ ਜਾਂਦੇ ਕਿ ਕੀ ਸੀਨ ਵੇਖਦੇ ਹੋ, ਕਿਹੜੀਆਂ ਸੀਟਾਂ 'ਤੇ ਕੀ ਕੰਪੀਟੀਸ਼ਨ ਆ ਤੁਹਾਡੇ ਮੁਤਾਬਕ, ਕਾਂਗਰਸ ਦੇ ਵਿੱਚ ਅਤੇ ਅਕਾਲੀ ਦਲ 'ਚ ਹੈ ਜਾਂ PDH ਅਤੇ ਕਾਂਗਰਸ ਦੇ ਵਿੱਚ ਹੈ? ਸਰ, ਪਹਿਲੀ ਗੱਲ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਪੰਜਾਬ ਦੇ ਬੇਸਿਕ ਇਸ਼ੂਜ਼ ਨੇ ਜਿਹੜੇ, ਉਹ ਤਾਂ ਕੋਈ ਪਾਰਟੀ ਲੈ ਕੇ ਤੁਰ ਨਹੀਂ ਰਹੀ। ਜੀ, ਜੇ ਕੋਈ ਸੰਘੀ ਢਾਂਚੇ ਦੀ ਗੱਲ ਕਰਦੇ ਆ, ਕੋਈ ਗਾਂਧੀ ਸਾਹਿਬ ਵਗੈਰਾ ਜਾਂ ਖਹਿਰਾ ਸਾਹਿਬ ਵਗੈਰਾ ਕਰਦੇ ਆ, ਹੋਰ ਤਾਂ ਕਿਸੇ ਨੇ ਪੰਜਾਬ ਦਾ ਉਹ ਮੁੱਦਾ ਕੋਈ ਛੇੜਿਆ ਨਹੀਂ। ਇਹ ਤਾਂ ਜਿਹੜੇ ਅਕਾਲੀ ਦਲ ਵਾਲੇ ਹੈਗੇ ਨੇ, ਇਹ ਤਾਂ ਵੀ ਦੇਖੋ ਇਹਦੀ ਸੈਂਟਰ ਪ੍ਰਸਤੀ ਹੈਗੀ ਹੈ। ਤੁਸੀਂ 2007 ਦਾ ਇਹਨਾਂ ਦਾ ਜਿਹੜਾ ਹੈਗਾ ਮੈਨੀਫੈਸਟੋ 'ਚ ਲਿਖਿਆ ਹੋਇਆ
ਜਿਹੜੀ ਕਲੋਜ਼ 5 ਹੈ ਜਿਹੜਾ ਟੈਕਨੀਸ਼ੀਅਨ ਰਿਕਾਰਡਸ ਅਮਰਿੰਦਰ ਸਿੰਘ ਨੇ ਪਾਸ ਕਰਿਆ ਸੀ ਉਹਦੀ ਧਾਰਾ 5 ਹੈਗੀ ਆ ਵੀ ਰਾਜਸਥਾਨ ਨੂੰ ਜਿਹੜਾ ਪਾਣੀ ਜਾਂਦਾ ਹੈਗਾ ਵੀ ਉਹਦੇ 'ਚ ਉਹ ਜਾਂਦਾ ਰਹੇਗਾ ਵੀ ਅਸੀਂ ਇਹਨਾਂ ਨੇ ਕਿਹਾ ਸੀ ਉਹ ਧਾਰਾ ਅਸੀਂ ਕੱਟ ਦਿਆਂਗੇ ਆ ਕੇ ਇਹਨਾਂ ਨੇ ਉਦੋਂ ਬਾਅਦ 7 ਤੋਂ 14 ਇਲੈਕਸ਼ਨ 12 ਇਲੈਕਸ਼ਨਾਂ ਹੋਈਆਂ ਨਹੀਂ ਕੀਤਾ ਕੋਈ ਕੰਮ ਜਦ ਵੀ ਪੰਜਾਬ ਨਾਲ ਕੋਈ ਹੈ ਨਹੀਂ ਕੋਈ ਜਿਹੜਾ ਇਹਨਾਂ ਨੇ ਕਦੇ ਮਤਾ ਨਹੀਂ ਪਾਇਆ ਵੀ ਪੰਜਾਬ ਦੇ ਪਾਣੀਆਂ ਨੂੰ ਰਾਇਲਟੀ ਮਿਲਣੀ ਚਾਹੀਦੀ ਹੈ ਜਾਂ ਕੋਈ ਮਤਲਬ ਓਵਰਆਲ ਧਾਰਮਿਕ ਮੁੱਦਿਆਂ ਤੇ ਆਪਣੀ ਕੁਰਸੀ ਕਾਂਗਰਸ ਵੀ ਵਿਚਾਰ ਰਹੀ ਹੈ ਤੇ ਅਕਾਲੀ ਵੀ ਵਿਚਾਰ ਰਹੇ ਨੇ ਸਰ ਇਹਨਾਂ ਨੇ ਗਰਾਵਟਾਂ ਹੀ ਕੀਤੀਆਂ ਨੇ ਦੇਖੋ ਹੁਣ ਜਦੋਂ ਲੋਕ ਜਾਗਦੇ ਨੇ ਜਿਵੇਂ ਮੀਡੀਆ ਰਾਹੀਂ ਜਾਗਦੇ ਨੇ ਜਦੋਂ ਡਿਊਟੀ ਢਾਉਣ ਲੱਗੇ ਤਾਂ ਲੋਕ ਉੱਠ ਖੜੇ ਆਏ ਪਹਿਲਾਂ ਉਧਰ ਕਿੰਨਾ ਇਤਿਹਾਸ ਬਰਬਾਦ ਕੀਤਾ ਕੋਈ ਬੋਲਿਆ ਕਿਉਂ ਨਹੀਂ ਜੀ ਕੋਈ ਕਿਸੇ ਨੇ ਨਹੀਂ ਕੀਤਾ ਜਿਹੜੀ ਹੁਣ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਹੱਕਾਂ ਵਾਸਤੇ ਹੈਗੀ ਉਹਦਾ ਬੇਸਿਕ ਫੰਕਸ਼ਨ ਹੀ ਇਹ ਸੀਗਾ ਵੀ ਸਿੱਖ ਇਤਿਹਾਸ ਨੂੰ ਸਿੱਖ ਵਿਰਸੇ ਨੂੰ ਸੰਭਾਲਿਆ ਜਾਂਦਾ ਕੋਈ ਨਹੀਂ ਬੋਲਿਆ ਤਾਂ ਜਦੋਂ ਇਹੋ ਜਿਹਾ ਕੋਈ ਹੋਵੇ ਮਾਹੌਲ ਨਿੱਜੀ ਹੋਵੇ ਹੁਣ ਉੱਧਰ ਉੱਧਰ ਅਸੀਂ ਜਿਹੜੀ ਦਰਵਾਜ਼ੇ ਲਾਹੇ ਗਏ ਨੇ ਲੋਕਾਂ ਨੇ ਰੌਲਾ ਪਾਇਆ ਅਸੀਂ ਲਿਖ ਕੇ ਭੇਜਿਆ ਹੋਇਆ ਅਤੇ ਉਹ ਤਾਂ ਕਿਸੇ ਨੂੰ ਚਿੰਤਾ ਹੀ ਨਹੀਂ ਹੈਗੀ ਕਿੱਥੇ ਗਏ ਉਹ ਪਹਿਲਾਂ ਗੱਲ ਚੱਲਦੀ ਸੀ ਵੀ ਇਹ ਸੋਮਨਾਥ ਦੇ ਦੇਣੇ ਨੇ ਕੀ ਦੇ ਦਿੱਤੇ ਹੋਣ ਇਹੋ ਜਿਹੀਆਂ ਗੱਲਾਂ ਸਰ ਜਦੋਂ ਇਹ ਕਹਿਣਗੀਆਂ ਫਿਰ ਇਹਨਾਂ ਦੇ ਵਿੱਚ ਆਵਾਜ਼ਾਂ ਉੱਠਣੀਆਂ ਲਾਜ਼ਮੀ ਹੈਗੀਆਂ ਨੇ ਟਵਾਣਾ ਸਾਹਿਬ ਜਿਸ ਵੇਲੇ ਸ਼੍ਰੋਮਣੀ ਕਮੇਟੀ ਜਿਹੜੀ ਸਿੱਖਾਂ ਦੀ ਆਜ਼ਾਦ ਸੰਸਥਾ ਵਾਸਤੇ ਬਣੀ ਸੀ ਮੈਂ ਨਹੀਂ ਕਹਿੰਦਾ ਕਿ ਉਹਨੇ ਕਿਸੇ ਚੰਗੇ ਕੰਮ ਵਾਸਤੇ ਕੋਈ ਪੈਸਾ ਖਰਚਿਆ ਉਹ ਪਰ ਸਤਸੇ ਵਾਲੇ ਦੀ ਮਾਫੀ ਦਵਾਉਣ ਵਾਸਤੇ 90 ਲੱਖ ਦੇ ਚਾਰ ਜ਼ਰੂਰ ਖਰਚ ਕਰ ਦਿੱਤੇ ਹੈਗੇ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜੋ ਮਹਾਨਤਾ ਹੁੰਦੀ ਸੀ ਉਸ ਮਹਾਨਤਾ ਨੂੰ ਅਸੀਂ ਕਿੱਥੇ ਲਿਜਾ ਕੇ ਖੜਾ ਕਰਤਾ ਉਹਦੇ ਵਾਸਤੇ ਵੀ ਜ਼ਿੰਮੇਵਾਰ ਇਹ ਹੁਕਮਰਾਨ ਧਿਰਾਂ ਨੇ ਹੁਣ ਵੀ ਤੁਸੀਂ ਦੇਖੋ ਕਿ ਉਹ ਆਪਣਾ ਓਨਾ ਰਾਜ ਧਰਮ ਨਹੀਂ ਅਪਣਾ ਰਹੇ ਜਿੰਨਾ ਇੱਕ ਸਿਆਸੀ ਪਾਰਟੀ ਦੀਆਂ ਸਿਆਸੀ ਕਾਨਫਰੰਸਾਂ ਨੂੰ ਕਾਮਯਾਬ ਕਰਨ ਵਿੱਚ ਲੱਗੇ ਹੋਏ ਜੀ ਬਿਲਕੁਲ ਸੋ ਸਾਹਿਬ ਪਰਮਜੀਤ ਸਿੰਘ ਜੀ ਜਿਹੜੇ ਕਿ ਸਰਦਾਰ ਕਪੂਰ ਸਿੰਘ ਫਾਊਂਡੇਸ਼ਨ ਦੀ ਤਰਫੋਂ ਆਏ ਨੇ ਆਪ ਜੀ ਦਾ ਵੀ ਧੰਨਵਾਦ ਅਜੀਤ ਅਖਬਾਰ ਸਮੂਹ ਤੋਂ ਸੀਨੀਅਰ ਪੱਤਰਕਾਰ ਸਾਜਿਸ਼ਪਾਲ ਸਿੰਘ ਢਿੱਲੋਂ ਸਾਹਿਬ ਆਪ ਦਾ ਵੀ ਧੰਨਵਾਦ ਸੋ ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਿਵਾਣਾ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਸਤਿਕਾਰਯੋਗ ਦਰਸ਼ਕਾਂ ਤੋਂ ਇੱਥੇ ਹੀ ਆ ਗਿਆ ਚਾਹਾਂਗਾ ਧੰਨਵਾਦ ਸਤਿ ਸ਼੍ਰੀ ਅਕਾਲ।